ਉਹ ਸਰੀਰਕ ਤੌਰ ਤੇ ਕੌਮ ਸੰਸਾਰ ਦੇ ਧਰਤੀ ਤੇ ਆਪਣਾ ਮਜ਼ਬੂਤ ਪੈਰ ਰੱਖ ਸਕਦੀ ਹੈ ਤੇ ਆਤਮਿਕ ਤੌਰ ਤੇ ਜਿਹਨਾਂ ਕੋਲ ਸਿਮਰਨ ਬੰਦਗੀ ਦਾ ਸਰਮਾਇਆ ਹੋਇਆ ਉਹ ਕੌਮ ਚੰਗੇ ਗੁਣਾਂ ਅਤੇ ਚੰਗੇ ਸੁਭਾਅ ਦੀ ਮਾਲਕ ਬਣਦੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੀ ਜਿਵੇਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦੀ ਅੱਜ ਗੱਲ ਚੱਲ ਰਹੀ ਹੈ, ਸ਼ਹਾਦਤ ਦਾ ਕਾਰਨ ਕੀ, ਸ਼ਹਾਦਤ ਕਿਉਂ ਹੁੰਦੀ ਹੈ, ਔਰ ਮੈਂ ਵੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਕੌਮ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਇੱਕ ਖਿਤਾਬ ਵੀ ਮਿਲਿਆ ਸੀ, ਉਹ ਖਿਤਾਬ ਸੀ ਜਿੰਦਾ ਸ਼ਹੀਦ ਦਾ। ਮਾਡਰਨ ਕੀਤੇ ਨੇ, ਯਾਨੀ ਕਿ ਸਾਇੰਸ ਦੇ ਮੁਤਾਬਕ ਕਰਕੇ
ਬਈ ਇਹਨੂੰ ਜਿਹੜੇ ਸਕੂਲ ਵਾਲੇ ਬੱਚੇ ਤੁਹਾਡੇ ਮੰਨਣਗੇ ਨਹੀਂ, ਕਿਉਂਕਿ ਉਹਨਾਂ ਦੇ ਸਕੂਲਾਂ ਆਪਣੇ ਹੋਰ ਤਰ੍ਹਾਂ ਪੜ੍ਹਾਇਆ, ਕਿੰਨੀ ਅਸ਼ੋਭਨੀ ਗੱਲ। ਏਡਾ ਵੱਡਾ ਤਜਰਬਾ ਜਿਹੜਾ 1170 ਤੋਂ ਲੈ ਕੇ 1675 ਤੱਕ 500 ਸਾਲ ਦੇ ਵਿੱਚ ਭਗਤਾਂ ਤੇ ਗੁਰੂ ਸਾਹਿਬਾਂ ਨੇ ਜਿਹੜੀ ਥਿਊਰੀ ਨੂੰ ਪ੍ਰੈਕਟੀਕਲ ਕੀਤਾ ਸੀ, ਜਿਸ ਗੱਲ ਤੇ ਇੰਨੀ ਲੰਮੀ ਖੋਜ ਹੋਈ ਸੀ, 500 ਸਾਲ ਲੱਗੇ ਸੀ ਜਿਸ ਗੱਲ ਨੂੰ। ਇਹ ਕਹਿੰਦੇ ਹਨ ਕਿ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਅੰਤ, ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨੇ ਗ੍ਰੰਥ। ਇਹਦੇ ਤੇ 500 ਸਾਲ ਲੱਗੇ। 1170 ਵਿੱਚ ਭਗਤ ਜੈਨ ਦੇਵ ਜੀ ਪੈਦਾ ਹੋ ਗਏ ਤੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਬਾਣੀ ਇਹਦੇ ਵਿੱਚ 1170 ਤੋਂ ਲੈ ਕੇ 1675 ਤੱਕ ਦਾ ਸਾਰਾ 500 ਸਾਲ ਦਾ ਸਰਵੇਖਣ ਤਜਰਬਾ ਹੈ। ਤੇ ਇਹਨਾਂ ਨੂੰ ਰੋਕ ਕੇ ਇਹਨਾਂ ਨੂੰ ਖੜਾ ਕੇ ਸਰੀਰਾਂ ਦੇ ਤੇ ਫਿਰ ਇਹਨਾਂ ਦੀ ਭਗੌਲਿਕ ਸਥਿਤੀ ਦੇ ਨਾਲ ਮੇਲ ਕੇ ਗੁਰੂ ਦੀ ਪਦਵੀ ਦਿੱਤੀ ਗਈ। ਤੇ ਅੱਜ ਅਸੀਂ ਉਸ ਸਾਇੰਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥਾਂ ਨੂੰ ਬੋਲ ਰਹੇ ਹਾਂ, ਜਿਹੜੀ ਸਾਇੰਸ ਹਰ 15-20 ਸਾਲਾਂ ਦੇ ਬਾਅਦ ਆਪਣੇ ਹੀ ਤਜਰਬੇ ਨੂੰ ਝੂਠਾ ਸਿੱਧ ਕਰ ਦਿੰਦਾ। ਤੁਸੀਂ ਸੁਣਿਆ ਹੋਣਾ, ਥੋੜਾ ਦਿਨ ਪਹਿਲਾਂ ਡਾਕਟਰ ਕਹਿੰਦੇ ਸੀ ਵੀ ਦੇਸੀ ਘਿਓ ਦੇ ਨੇੜੇ ਨਾ ਜਾਇਆ ਜਾਏ, ਨੁਕਸਾਨ ਕਰਦਾ। ਹੁਣ ਕਹਿੰਦੇ ਫਿਰ ਉਹਦੇ 2 ਚਿੰਟੇ ਲੈ ਲਿਆ ਕਰੋ ਸਰੀਰ ਵਾਸਤੇ ਚੰਗਾ, 15-20 ਸਾਲਾਂ ਚ ਤੋਂ ਬਦਲ ਕਰੋ। ਇੱਕ ਚੀਜ਼ ਇਹਦੀ ਜਿਹੜੇ ਮੈਡੀਕਲ ਪੜ੍ਹਦੇ ਉਹਨੂੰ ਪਤਾ ਬਈ ਸਾਇੰਸ ਦੇ ਅਰਥ ਥੋੜੇ ਦਿਨਾਂ ਬਾਅਦ ਥੋੜੇ ਸਾਲਾਂ ਬਾਅਦ ਬਦਲ ਜਾਂਦੇ ਨੇ। ਤੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਪਹਿਲੇ ਦਿਨ ਵੀ ਹੋਈ ਸੀ ਤੇ ਅੱਜ ਵੀ ਹੋਈ ਤੇ ਆਉਣ ਵਾਲੇ ਸਮੇਂ ਵਿੱਚ ਵੀ ਹੋਏ ਰਹਿਣਗੇ। ਆਦ ਸੱਚ ਜੁਗਾਦ ਸੱਚ ਹੈ ਕਿ ਸੱਚ ਨਾਨਕ ਖੁਸ਼ੀ ਦੀ ਸੱਚ, ਉਹਨੇ ਉਸੇ ਘਰੇ ਰਹਿਣਾ। ਇਸ ਲਈ ਸਾਡੀ ਗਲਤੀ ਕਿੱਥੇ ਹੋਈ ਹੈ ਸਾਡੇ ਜੀਵਨ ਦੇ ਵਿੱਚ ਔਰ ਸੰਗਤ ਨੂੰ ਇਹਦਾ ਪਤਾ ਕਿੱਥੇ ਲੱਗ ਗਿਆ। ਹੁਣ ਇੱਕ ਬੰਦਾ ਜਿਵੇਂ ਤੁਸੀਂ ਸਾਨੂੰ ਸੱਦਦੇ ਹੋ, ਸਾਡੀ ਤਾਂ ਮਤਲਬ ਸਾਡਾ ਕੰਮ ਹੀ ਜੋ ਵੀ ਨੇ ਪੜ੍ਹਨ ਦਾ ਜਾਂ ਸੁਣਨ ਦਾ ਜਾਂ ਇਹਨਾਂ ਚੀਜ਼ਾਂ ਬਾਰੇ, ਤੁਸੀਂ ਤਾਂ ਨਾਲ ਜੋ ਵੀ ਕੰਮ ਕਰਨੇ, ਆਪਣੀ ਬਾਈਕ ਖੇਤੀ ਕਰਨੀ ਹੈ, ਆਪਣਾ ਟਰੈਕਟਰ ਵੇਖਣਾ ਹੈ, ਆਪਣੀ ਦੁੱਧ ਚੌਂਕਾ ਵੇਖਣਾ ਹੈ, ਹੋਰ ਤੁਸੀਂ ਸਟੱਡੀ ਨਹੀਂ ਕਰ ਸਕਦੇ, ਕੋਈ ਗੱਲਾਂ ਗੱਲਾਂ ਪਤਾ ਕਰ ਸਕੇ। ਹੁਣ ਤੁਸੀਂ ਤਾਂ ਸਾਡਾ ਸਿਰਫ ਆਹ ਵੇਖਣਾ ਕਿ ਇਹਨਾਂ ਨੇ ਆਹ ਪਾਇਆ ਹੈ ਤੇ ਇਹ ਕਹਿੰਦੀ ਹੈ, ਤੁਸੀਂ ਸਾਡਾ ਜੁਗੀਆ ਵੇਖਣਾ, ਤੁਸੀਂ ਸਾਡਾ ਜੋੜਾ ਕੱਕਾ ਵੇਖਣਾ, ਪੱਗ ਵੇਖਣੀ ਹੈ, ਤੇ ਤੁਸੀਂ ਵੇਖਣਾ ਵੀ ਨੈਟ ਤੇ ਬੜਾ ਹੁੰਦਾ ਤੇ ਮੰਜੀ ਸਾਹਿਬ ਹੁੰਦਾ ਤੇ ਬਗਲਾ ਸਾਹਿਬ ਤੇ ਤੁਸੀਂ ਸਮਝਣ ਸਾਹਿਬ। ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਗੱਲ ਕਹਿੰਦੀ ਵੀ ਗੁਰੂ ਦੀ ਵਿਆਖਿਆ ਗੁਰੂ ਦੀ ਅੱਖ ਨਾਲ ਹੀ ਕੀਤੀ ਜਾ ਸਕਦੀ, ਮਨੁੱਖ ਦੀ ਅੱਖ ਨਾਲ ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ। ਗੁਰੂ ਦੀ ਵਿਆਖਿਆ ਗੁਰੂ ਦੀ ਦਿੱਤੀ ਮਤ ਨਾਲ ਹੋ ਸਕਦੀ, ਆਪਣੇ ਮਤ ਨਾਲ ਨਹੀਂ ਹੋ ਸਕਦੀ, ਆਪਣੇ ਦਿਮਾਗ ਨਾਲ ਨਹੀਂ ਹੋ ਸਕਦੀ। ਜਿਹੜਾ ਮੁਰਖ ਆਪਣੇ ਦਿਮਾਗ ਨਾਲ ਗੁਰੂ ਦੀ ਵਿਆਖਿਆ ਕਰੇਗਾ, ਉਹ ਇਸ ਤਰ੍ਹਾਂ ਜਿਵੇਂ ਕਿਲੋ ਤੋਲਣ ਵਾਲੀ ਤਰਕੜੀ ਦੇ ਵਿੱਚ ਹਵਾਈ ਜਹਾਜ਼ ਰੱਖ ਕੇ ਦੌੜਨਾ ਹੋਵੇ, ਉਹ ਕਿਵੇਂ ਆ ਸਕਦਾ। ਬਸ ਇਹ ਮੇਰ ਇੱਕ ਸਿਧਾਂਤ ਹੈ, ਮੇਰ ਇੱਕ ਨੁਕਤਾ ਹੈ, ਜਿੱਥੇ ਸਾਡੇ ਪੰਜਾਬ ਦੇ ਵਿੱਚ ਬੜੀ ਭਾਰੀ ਗਲਤੀ ਹੋਈ ਹੈ ਤੇ ਲੋਕ ਇਸ ਗੱਲ ਨੂੰ ਕਿੱਥੇ ਸਮਝਣਗੇ, ਕਿਉਂਕਿ ਲੋਕਾਂ ਨੇ ਤਾਂ ਹਰ ਇੱਕ ਤੇ ਵਿਸ਼ਵਾਸ ਕਰਨਾ ਹੁੰਦਾ, ਭਰੋਸਾ ਕਰਨਾ ਔਰ ਉਹ ਭਰੋਸਾ ਕਰਕੇ ਤੁਰਦੇ ਹੁੰਦੇ। ਇਹ ਤਾਂ ਅੱਗੇ ਤੁਰਨ ਵਾਲੇ ਗੁਰੂਆਂ ਦੀ ਹੋਂਦ ਕਿਵੇਂ ਦੀ ਹੈ, ਉਹਨਾਂ ਨੇ ਪੜ੍ਹਿਆ ਕਿ ਉਹਨਾਂ ਨੇ ਸੁਣਿਆ ਕੀ ਹੈ। ਇਹ ਸਾਡੀ ਸੰਸਾਰ ਦੇ ਵਿੱਚ ਰੂਪਰੇਖਾ ਬਣ ਗਈ ਕਿ ਅਸੀਂ ਸਾਧ ਸੰਗਤ ਜੀ ਗੁਰਮਤ ਦਾ ਜਿਹੜਾ ਕਨਸੈਪਟ ਸੀ ਉਸ ਨੂੰ ਆਪਣੀ ਨਜ਼ਰ ਦੇ ਨਾਲ ਤੋਲਣਾ ਸ਼ੁਰੂ ਕਰ ਦਿੰਦਾ। ਸਾਡੇ ਅੱਜ ਇਸ ਸਟੇਜ ਤੇ ਹੋਰ ਹੁੰਦੇ ਨੇ, ਹੋਰ ਕਿਤੇ ਬੈਠਿਆ ਸੀ ਅੱਜ ਹੋਰ ਤੱਕ ਵੱਧ ਕਰ। ਸਾਨੂੰ ਬੜੀ ਦਿੱਕਤ ਆਉਂਦੀ ਹੈ ਕਹਿਣ ਦੀ ਵੀ ਬਾਬਾ ਦੀਪ ਸਿੰਘ ਜੀ ਦਾ ਸੀਸ ਲੈ ਗਿਆ ਸੀ। ਨਹੀਂ, ਅਸੀਂ ਇਹ ਕਹਿਣ ਦੇ ਵਿੱਚ ਵੀ ਗੋਲ ਗੋਲ ਕਰ ਜਾਂਦੇ ਹਾਂ ਵੀ ਉੱਥੇ ਬਾਰ ਬਰਾਬਰ ਹੋਇਆ ਸੀ ਤੇ ਬਾਬਾ ਦੀਪ ਸਿੰਘ ਜੀ ਫਿਰ ਉੱਠ ਪਏ।
ਇਹ ਨਹੀਂ ਕਹਿ ਸਕਦੇ ਕਿ ਜੀਵ ਸੀਸ ਦਿੱਤਾ ਸੀ ਤੇ ਤਲੀ ਤੇ ਨਿਕਲਿਆ ਸੀ, ਕਿਉਂਕਿ ਤੁਸੀਂ ਉਹਨੇ ਕਹਿਣ ਨਹੀਂ ਦੇਣਾ ਗੱਲ ਇਹ ਪੁਰਾਣੀ। ਜੇ ਅਸੀਂ ਕਹਿੰਦੇ ਹਾਂ ਵੀ ਅਸੀਂ ਸੀਸ ਦਿੱਤਾ, ਪਰ ਗੱਲ ਉਹ ਵੀ ਨਹੀਂ ਛੱਡਦੀ ਕਿ ਸੀਸ ਨਹੀਂ, ਸੀਸ ਨਹੀਂ ਸੀ ਦਿੱਤਾ, ਪੰਜਾ ਨਹੀਂ ਸੀ ਲੱਗਾ, ਰੇਟੇ ਨਹੀਂ ਸੀ ਰੇਟੇ ਹੋਏ, ਇਹ ਨਹੀਂ ਸੀ ਹੋਇਆ, ਉਹ ਨਹੀਂ ਸੀ। ਇਹ ਸਾਡੀ ਕੌਮ ਨੂੰ ਇੱਕ ਘੁਣ ਲੱਗ ਗਿਆ ਦਾਸ ਦੇ ਘਰ ਦੇ, ਜਿਵੇਂ ਲੱਗਣ ਨੂੰ ਦਿਮਾਗ ਲੱਗ ਜਾਂਦਾ। ਮੈਂ ਥੋੜੇ ਦਿਨ ਹੋਏ ਦਿੱਲੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਥਾ ਸੁਣਾਉਣ ਦੇ ਨੋਇਡਾ, ਉੱਥੇ ਮੈਂ ਗੁਰੂ ਸਾਹਿਬ ਜੀ ਦੀ ਸਾਖੀ ਜਿਹੜੀ ਸੀ ਉਹ ਸੁਣਾਈ ਕਿ ਗੁਰੂ ਸਾਹਿਬ ਜਦੋਂ ਮੱਕੇ ਗਏ ਤੇ ਉੱਥੇ ਕਾਜ਼ੀ ਬਲਦੀਨ ਦੇ ਨਾਲ ਗੁਰੂ ਸਾਹਿਬ ਜੀ ਨੇ ਵਾਰਤਾ ਹੋਈ।
ਸ਼ਾਮ ਸ਼ਮ ਛੱਡੀ ਹੈ ਹੁਣ ਬਾਬੇ ਦੀ ਬਗਦਾਦ ਹੈ ਉਹ ਮਿਲਣ ਦੀ ਕੁਪਰਿਆਲ ਕਵਰ ਅਜੀਤ ਸਿੰਘ ਹੋਰਾਂ ਨੇ ਛੁਪਾਈ ਹੈ ਸਾਨੂੰ ਕਾਫੀ ਗਿਣਤੀ ਵਿੱਚ ਦੇਗਾ ਜਦੋਂ ਪੜ੍ਹੀ ਹੈ ਤਾਂ ਬੜੀ ਬਹੁਤ ਹੈ ਤੇ ਬਾਅਦ ਵਿੱਚ ਮੈਂ ਅਸੀਂ ਕੌਮ ਦੀ ਜਿਹੜੀ ਮਾਨਸਿਕਤਾ ਹੈ ਨਾ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਬਾਅਦ ਵਿੱਚ ਮੇਰੇ ਪ੍ਰਸ਼ਾਸਨ ਪੰਚਾਇਤ ਦੇ ਇੱਕ ਨੌਜਵਾਨ ਆ ਗਏ ਕਿਸੇ ਉਹਨੂੰ ਮੈਂ ਸ਼ੰਕਾ ਨਹੀਂ ਕਰਦਾ ਪਰ ਮੈਂ ਇੱਕ ਗੱਲ ਕਰਦਾ ਤੁਹਾਡੇ ਨਾਲ ਮੈਂ ਕਿਹਾ ਜੀ ਦੱਸੋ ਕਹਿੰਦੇ ਵੀ ਇਹ ਜਿਹੜੀ ਕਿਤਾਬ ਦੇ ਉੱਪਰ ਤੁਸੀਂ ਸੁਣਾਇਆ ਇਹਦੇ ਅੱਗੋਂ ਉਹਦਾ ਉਲੰਥਾ ਕੀਤਾ ਉਹ ਜਿਹੜੀ ਮੁੱਖ ਕਿਤਾਬ ਹੈ ਉਹ ਮਿਲ ਸਕਦੀ ਕਿ ਮੈਂ ਕਿਹਾ ਉਹ ਉਹਨਾਂ ਨੇ ਗੁੰਮ ਕਰ ਦਿੱਤੀ ਉਹ ਪੜ੍ਹੀ ਕੋਈ ਕਹਿੰਦੇ ਅੱਛਾ ਫਿਰ ਇਹਦਾ ਮਤਲਬ ਹੋ ਸਕਦਾ ਤੇ ਤੁਸੀਂ ਬਦਲ ਕੇ ਦੇ ਦਿੱਤਾ ਮੈਂ ਕਿਹਾ ਵੀ ਤੈਨੂੰ ਕਿਹਨੇ ਕਿਹਾ ਵੀ ਬਦਲ ਕੇ ਦੇ ਜਿਹੜੀ ਪੁਸਤਕ ਇੱਕ ਮੁਸਲਮਾਨ ਨੂੰ ਖਾਲਸਾ ਬਣਾ ਰਹੀ ਹੈ ਅਸੀਂ ਉਹਦੇ ਉੱਤੇ ਵੀ ਸ਼ੰਕਾ ਕਰ ਰਹੇ ਹਾਂ ਜਿਹੜੀ ਬੀਜ ਜਿਹੜਾ ਮਨੁੱਖ ਜਿਹੜੀ ਕਿਤਾਬ ਜਿਹੜੀ ਵਸਤੂ ਕੋਈ ਵੀ ਇਹ ਪਾਉਂਦੀ ਹੈ ਜਿਹੜੀ ਤੁਹਾਨੂੰ ਗੁਰੂ ਵਾਲਾ ਬਣਾ ਦਿੰਦੀ ਹੈ ਉਹ ਕੋਈ ਗਲਤ ਨਹੀਂ ਹੈ ਮੈਂ ਤੇ ਇੱਥੋਂ ਤੱਕ ਬੇਨਤੀ ਕਰਾਂਗਾ ਤੇ ਉਹਦੇ ਵਿੱਚ ਕੋਈ ਨਾ ਕੋਈ ਨਕਲ ਵੀ ਹੈ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੁੱਦਾ ਹੱਲ ਹੋ ਜਾਂਦਾ ਮੁੱਦਾ ਕੀ ਜੇ ਅਸੀਂ ਝੂਠ ਦੇ ਸੱਚ ਦੀ ਗੱਲ ਕਰੀਏ ਮੈਂ ਨਹੀਂ ਕਹਿੰਦਾ ਵੀ ਝੂਠ ਬੋਲੋ ਪਰ ਇੱਕ ਗੱਲ ਤਾਂ ਪੱਕੀ ਹੈ ਮੈਂ ਝੂਠੀ ਦੇ ਉਦਾਹਰਣ ਦੇ ਗੱਲ ਤੇ ਆਪਾਂ ਬਾਬੇ ਫਰੀਦ ਦੀ ਸਾਖੀ ਆਮ ਸ਼ੁਰੂ ਤੋਂ ਪਿੰਡਾਂ ਵਿੱਚ ਸੁਣਦੇ ਹਾਂ ਵੀ ਉਹਦੀ ਮਾਂ ਨੇ ਕਿਹਾ ਸੀ ਵੀ ਤੂੰ ਬੇਟਾ ਇਸ ਕੱਪੜੇ ਤੇ ਮਸਾਲੇ ਤੇ ਬਹਿ ਜਾ ਤੇ ਨਮਾਜ਼ ਪੜ੍ਹ ਬਾਬੇ ਫਰੀਦ ਬੱਚਾ ਸੀ ਉਹਨੇ ਕਿਹਾ ਵੀ ਜੇ ਮੈਂ ਨਮਾਜ਼ ਪੜ੍ਹਾਂਗਾ ਤੇ ਖੁਦਾ ਮੈਨੂੰ ਦਏਗਾ ਕੀ ਤੇ ਮਾਂ ਨੂੰ ਪਤਾ ਸੀ ਕਿ ਬਾਬੇ ਫਰੀਦ ਨੂੰ ਸ਼ੱਕਰ ਨਾਲ ਬੜਾ ਮੋਹ ਹੈ ਹੁਣ ਮਾਂ ਨੇ ਸੋਚਿਆ ਵੀ ਜੇ ਮੈਂ ਕਿਹਾ ਨਾ ਵੀ ਇਹਦੇ ਨਮਾਜ਼ ਪੜ੍ਹ ਤੇ ਹੌਲੀ ਹੌਲੀ ਉਹ ਪੜ੍ਹੇਗਾ ਤੇ ਫਿਰ ਤੈਨੂੰ ਸਵਾਦ ਆਏਗਾ ਤੇ ਫਿਰ ਤੈਨੂੰ ਆਨੰਦ ਆਏਗਾ ਤੇ ਅੱਲਾਹ ਦੇ ਦਰਸ਼ਨ ਹੋਣਗੇ ਤੇ ਬੱਚਾ ਇਹਨੇ ਕਿਹੜਾ ਇਹਨਾਂ ਦਾ ਕੰਮ ਕਰੇਗਾ ਸਹਾਰਾ ਲਿਆ ਇੱਕ ਲਫ਼ਜ਼ਾਂ ਵਿੱਚ ਉਹਨੂੰ ਅਸੀਂ ਝੂਠ ਵੀ ਕਹਿ ਸਕਦੇ ਉਹਨੇ ਕਿਹਾ ਬੇਟਾ ਤੂੰ ਇਹਦੇ ਉੱਤੇ ਬਹੁਤ ਮਸਲੇ ਤੇ ਨਮਾਜ਼ ਸ਼ੁਰੂ ਕਰ ਤੇ ਖੁਦਾ ਸ਼ਕਰ ਭੇਜੇਗਾ ਜਦੋਂ ਉੱਠੇਗਾ ਤੇ ਕੱਪੜਾ ਚੁੱਕ ਕੇ ਵੇਖ ਕੇ ਥੱਲੇ ਪਈ ਹੋਵੇਗੀ ਤੇ ਪਰ ਅੱਖਾਂ ਨਾ ਖੋਲੀ ਉਹਨੇ ਪੜ੍ਹਦੀ ਸ਼ੁਰੂ ਕਰਤੀ ਅੱਖਾਂ ਨਹੀਂ ਖੋਲੀਆਂ ਤੇ ਜਦੋਂ ਉਹਨੇ ਅੱਖਾਂ ਬੰਦ ਕੀਤੀਆਂ ਤੇ ਮਾਂ ਨੇ ਸ਼ਕਲ ਦੀ ਗੋਲੀ ਭਰ ਕੇ ਤੇ ਮਸਾਲੇ ਦਾ ਦਰਿਆ ਕਰ ਦਿੱਤਾ ਜਦੋਂ ਉਹਨੇ ਅੱਖਾਂ ਖੋਲੀਆਂ ਤਾਂ ਟਾਰਗੇਟ ਸ਼ਕਲ ਸੀ ਤੇ ਬਾਬਾ ਫਰੀਦ ਕਹਿੰਦਾ ਆਲੇ ਦੁਆਲੇ ਵੇਖੀ ਉਹ ਕਿਤੇ ਸ਼ਕਲ ਤੇ ਮਾਂ ਕਹਿੰਦੀ ਵੇਖ ਆਲੇ ਦੁਆਲੇ ਕਹਿੰਦਾ ਕਿਤੇ ਨੀ ਆਈ ਉਹ ਕਹਿੰਦੀ ਕੱਪੜਾ ਚੁੱਕ ਕੇ ਵੇਖ ਕੇ ਥੱਲੇ ਨੂੰ ਧਰ ਗਿਆ ਉੱਪਰ ਗਿਆ ਕੱਪੜਾ ਚੁੱਕਿਆ ਬਾਕੀ ਸ਼ਕਲ ਵੇਚੀ ਥੱਲੇ ਵਿਸ਼ਵਾਸ ਨੂੰ ਟੋਟ ਭੱਜੀ ਖੁਦਾ ਦੇ ਨਾਲ ਜੋੜ ਪੈ ਗਿਆ ਤੇ ਰੱਬੋ ਵਾਕੀ ਹੈ ਪਰ ਉਹਦਾ ਆਧਾਰ ਸੀ ਜਿਹੜਾ ਉਹ ਆਧਾਰ ਜਿਹੜਾ ਉਹ ਸੱਚ ਨਹੀਂ ਸੀ ਕਿਉਂਕਿ ਸ਼ੱਕਰ ਖੁਦਾ ਨੇ ਨਹੀਂ ਸੀ ਰੱਖੀ ਸ਼ੱਕਰ ਬਾਬੇ ਫਰੀਦ ਦੀ ਮਾਂ ਨੇ ਰੱਖੀ ਸੀ ਆਧਾਰ ਦੇ ਕੋਈ ਅੰਤਰ ਜਿਹੜਾ ਜਿਹੜਾ ਯਾਨੀ ਕਿ ਆਪਾਂ ਹੁਣ ਹਾਲ ਬਣਾਇਆ ਅਰਥ ਇਸ ਛੱਤ ਦੇ ਨੇ ਅਰਥ ਇਹਦੇ ਥੱਲੇ ਕੀ ਲਾਇਆ ਸੀ ਸਪੋਰਟ ਕਿਹੜੀ ਸੀ ਉਹਦੇ ਕੋਈ ਅਰਥ ਨਹੀਂ ਲੱਗਦੇ ਭਾਵੇਂ ਕਿਹੜੀ ਲਾ ਦੇ ਭਾਵੇਂ ਲੋਹੇ ਦੀ ਲਾ ਦਿਓ ਭਾਵੇਂ ਸ਼ੱਕਰ ਦੀ ਲਾ ਦਿਓ ਕੋਈ ਲਾ ਦਿਓ ਲਾ ਦਿਓ ਅੱਜ ਛੱਤ ਦਾ ਹੀ ਅਰਥ ਹੈ ਛੱਤ ਖੜੀ ਹੈ ਪਰ ਇਹ ਛੱਤ ਦਾ ਜਿਹੜਾ ਲੈਂਟਰ ਪਿਆ ਸੀ ਉਹ ਕਿਸੇ ਚੀਜ਼ ਦੀ ਬੇਸਿਕ ਕੋਈ ਢਾਂਚਾ ਖੜਾ ਕੀਤਾ ਗਿਆ ਸੀ ਉਹਦੇ ਉੱਤੇ ਪਿਆ ਸੀ ਜਿਹੜੇ ਧਾਰਮਿਕ ਵਿਸ਼ਵਾਸ ਹੁੰਦੇ ਨੇ ਨਾ ਵੀ ਸਾਡੇ ਬਾਬਾ ਦੀਪ ਸਿੰਘ ਦੇ ਵਿੱਚ ਇੰਨਾ ਪ੍ਰੇਮ ਸੀ ਕਿ ਉਹਨਾਂ ਦਾ ਸੀਸ ਕੱਟਿਆ ਗਿਆ ਤੇ ਉਹਨਾਂ ਸੀਸ ਕਾਲੀ ਦੇ ਧਰਿਆ ਇਹਦੇ ਉੱਤੇ ਸੋਚਣ ਦੀ ਕੋਈ ਲੋੜ ਨਹੀਂ ਇਹ ਮਦਦ ਦੀ ਲੋੜ ਨਹੀਂ ਕਿਉਂਕਿ ਇਹਦੇ ਉੱਤੇ ਸਾਡੇ ਵਿਸ਼ਵਾਸ ਦੀ ਸਪੋਰਟ ਬਣਦੀ ਹੈ ਜਿਹੜੀ ਵੀ
नमाज पढ़े, कोई भी नहीं रहती है। जो विश्वास स्ट्रॉन्ग करती है, ताकतवर करती है, ओनू कहना, ओनू प्रचार करना और कोई गलती नहीं होती। हम थले सेंटिंग हो किसी थले की पता कड़ी होगी अच तक बड़ा वजिया जीवन घड़िया गया बाबे फरीद का। जिदन साहब समय जी नमाज पढ़द्या एक दिन अंदरों आनंद आने लग पाया, बाहर की शक्कर आप ही छुट गई। मां कहती है देख रही है खरीद रही है, हूं तू शक्कर नहीं खाता लै पा है। बाबा फरीद कहता है हूं मां इस बार की शक्कर की लोड़ नहीं रही, अंदरों परमात्मा के नाम की शक्कर का स्वाद आता है। कहने का भाव की है जेडे साडे विश्वास हैं वो साडे आधार पक्के होने चाहिए, उन्होंने उत्ते किंतु परंतु आम बंदे ने नहीं किया होगा। साडे प्रचारकां ने उन्होंने किंतु परंतु किया बीज बोया कि नहीं होया इहदे बारे समझ सो किथे लिखिआ है ਇਹ ਕਿਵੇਂ ਹੋ ਸਕਦਾ ਹੈ ਕਿਵੇਂ ਨਹੀਂ ਹੋ ਸਕਦਾ। ਗੁਰੂ ਕਿਰਪਾ ਕਰੇ ਸਾਡੇ ਵਿੱਚ ਸਿੱਖੀ ਭਾਵਨਾ ਆਵੇ ਤੇ ਭਾਵਨਾ ਗਿਆਨ ਦੀ ਮਾਂ ਬਣੇ, ਉਹਦੇ ਵਿੱਚੋਂ ਗਿਆਨ ਮਿਲਿਆ। ਅੱਜ ਉਲਟ ਹੋ ਗਿਆ, ਪੁੱਤਰ ਪਹਿਲਾਂ ਤੇ ਮਾਂ ਦੇ ਸੀ। ਮਾਂ ਭਾਵਨਾ, ਮਾਂ ਸਿਮਰਨ ਹੈ, ਮਾਂ ਸੇਵਾ ਹੈ, ਉਹਦੇ ਵਿੱਚੋਂ ਗਿਆਨ ਨਿਕਲਦਾ ਸੀ। ਪੁਰਾਣੇ ਜਿੰਨੇ ਵੀ ਜਿੱਦੇ ਪ੍ਰਾਰਥਨਾ ਨੂੰ ਪ੍ਰਚਾਰਕ ਨੇ ਸਾਡੇ ਦਸਾਂ ਪਾਤਸ਼ਾਹਾਂ ਦੇ ਟਾਈਮ ਦੇ ਉੱਤੇ ਉਹ ਸੇਵਾ ਸੇਵਨ ਵਾਲੇ ਬੰਦੇ ਸਨ, ਉਹ ਇਕੱਲੇ ਸਕੋਦਰ ਨਹੀਂ ਸਨ, ਉਹਨਾਂ ਨੇ ਇਕੱਲੀ ਪੜ੍ਹਾਈ ਨਹੀਂ ਸਾਰੀ, ਉਹਨਾਂ ਸੇਵਾ ਸੇਵਨ ਕੀਤਾ ਸੀ। ਉਹ ਨਿਤਨੇ ਵੀ ਸਨ, ਉਹ ਅਭਿਆਸੀ ਸਨ, ਉਹ ਅਭਿਆਸ ਵਿੱਚੋਂ ਬੋਲਦੇ ਸਨ, ਤਜਰਬੇ ਵਿੱਚੋਂ ਬੋਲਦੇ ਸਨ। ਤੇ ਫਿਰ ਉਹਦੇ ਵਿੱਚੋਂ ਉਹ ਜਦੋਂ ਸਤਸੰਗਤ ਬੋਲਦੇ ਸਨ ਤਾਂ ਫਿਰ ਇੱਕ ਅਵਸਥਾ ਹੁੰਦੀ ਹੈ ਗੁਰਮਤਿ ਦੇ ਅੰਦਰ ਜਿਹਦੇ ਉੱਤੇ ਜਿਹਨੂੰ ਗੁਰਬਾਣੀ ਦੇ ਵਿੱਚ ਵਿਵੇਕ ਪ੍ਰਕਾਸ਼ ਕਿਹਾ, ਵਿਵੇਕ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ। ਬੁੱਧੀ ਦੋ ਪ੍ਰਕਾਰ ਦੀ ਹੈ, ਇੱਕ ਸਰੀਰ ਦੀ ਸਰੀਰਕ ਭਾਵ ਵਾਲੀ ਬੁੱਧੀ ਤੇ ਇੱਕ ਫਿਰ ਵਿਵੇਕ ਵਿਵੇਕ ਵਾਲੀ ਜਿਹੜੀ ਆਤਮਾ ਦੇ ਨਾਲ ਹੁੰਦੀ ਹੈ। ਦੋ ਪ੍ਰਕਾਰ ਦੀ ਬਣੀ, ਉਸ ਵਿਵੇਕ ਦੇ ਵਿੱਚੋਂ ਪ੍ਰਕਾਸ਼ ਪੈਦਾ ਹੋਇਆ ਸੀ, ਉਹਦੇ ਵਿੱਚੋਂ ਬਾਣੀ ਪੈਦਾ ਹੋਈ, ਉਹਦੇ ਵਿੱਚੋਂ ਇਹ ਗਿਆਨ ਪੈਦਾ ਹੋਇਆ ਹੋਇਆ। ਸੋ ਬਾਬਾ ਦੀਪ ਸਿੰਘ ਜੀ ਦੇ ਸੰਬੰਧ ਦੇ ਵਿੱਚ ਤੁਸੀਂ ਬਹੁਤ ਕੁਝ ਸੁਣਿਆ ਵੀ ਹੈ, ਪਰ ਉਹਨਾਂ ਦਾ ਜਿਹੜਾ ਅਰੰਭਤਾ ਵਾਲਾ ਜੀਵਨ ਹੈ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੋਂ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾਂ ਉਹ ਕੋਈ ਆਮ ਸ਼ਖਸੀਅਤ ਨਹੀਂ ਸੀ, ਉਹ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚੋਂ ਪੈਦਾ ਹੋਏ ਸ਼ਖਸੀਅਤ ਸੀ। ਛੋਟੀ ਉਮਰੇ ਮਾਤਾ ਪਿਤਾ ਜਿਹੜੇ ਸੀ ਉਹ ਅਨੰਦਪੁਰ ਸਾਹਿਬ ਗਏ ਤੇ ਨਾਲ ਆਪਣੇ ਬੱਚੇ ਨੂੰ ਵੀ ਲੈ ਗਏ ਦੀਪ ਸਿੰਘ। ਤੇ ਕੁਝ ਲੋਕ ਐਸੇ ਹੁੰਦੇ ਨੇ ਜਿਹਨਾਂ ਦੀ ਮੁੱਢਲੀ ਕਮਾਈ ਭਗਤੀ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਗੁਰੂ ਦੀ ਅੱਖ ਹੁੰਦੀ ਹੈ ਉਹਨਾਂ ਨੂੰ ਪਰਖਣ ਵਰ। ਗੁਰੂ ਸਾਹਿਬ ਨੇ ਪਰਖਿਆ ਜਦੋਂ ਗਏ, ਮਾਤਾ ਪਿਤਾ ਨੇ ਮੱਥਾ ਟੇਕਿਆ, ਦੀਪ ਸਿੰਘ ਜੀ ਨੇ ਮੱਥਾ ਟੇਕਿਆ, ਅਜੇ ਬੱਚੇ ਸਨ। ਤੇ ਜਦੋਂ ਮੱਥਾ ਟੇਕਿਆ ਤੇ ਮਹਾਰਾਜ ਨੇ ਮਸਤਕ ਵੇਖਿਆ ਵੀ ਇਹਦੇ ਤੇ ਭਾਗ ਬੜੇ ਉੱਚੇ ਨੇ, ਇਹਦੀ ਤੇ ਸੇਵਾ ਬੜੀ ਆਪਣੀ, ਇਹਦੀ ਤੇ ਸੇਵਾ ਬੜੀ ਮਹਾਨ। ਜਦੋਂ ਇਹ ਚੀਜ਼ ਆਈ ਤਾਂ ਗੁਰੂ ਸਾਹਿਬ ਨੇ ਗੈਣੇ ਸੱਜ ਕੇ ਬਾਹਰ ਫੜ ਲਈ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਤੇ ਘਰ ਦੇ ਆਮ ਅਸੀਂ ਘਰਾਂ ਦੇ ਵਿੱਚ ਸਿੱਧਾ ਨਾਂ ਲੈਂਦਿਆਂ ਤੇ ਇੱਕ ਸਾਡਾ ਘਰ ਦਾ ਨਾਮ ਹੁੰਦਾ ਹੈ। ਤੇ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਦੀਪਾ ਕਹਿੰਦੇ ਆ। ਗੁਰੂ ਸਾਹਿਬ ਨੇ ਵਚਨ ਕਰ ਦਿੱਤੇ, ਕਲਗੀਧਰ ਪਾਤਸ਼ਾਹ ਨੇ ਉਹ ਵਚਨ ਕਰ ਦਿੱਤੇ, ਕਹਿੰਦੇ ਦੀਪ ਸਿੰਘਾ ਤੂੰ ਉਹ ਦੀਵਾ ਹੋਵੇਗਾ ਜਿਹਦੇ ਤੋਂ ਕਈ ਹੋਰ ਵੀ ਦੀਵੇ ਜਗਿਆ ਕਰਗੇ, ਤੇਰੇ ਤੋਂ ਹੋਰ ਵੀ ਦੀਵੇ ਜਗਣਗੇ, ਤੇਰੀ ਕਮਾਈ ਇਹਨੂੰ ਲੱਗੀ। ਉਸ ਦਿਨ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਮੇਰੇ ਆਗਿਆ ਮੈਂ ਬੇਨਤੀ ਕਰਾਂ ਸਿੱਖੀ ਦੇ ਵਿੱਚ ਜਿਹੜੀਆਂ ਵੀ ਸ਼ਖਸੀਅਤਾਂ ਪੈਦਾ ਹੋਈਆਂ ਨੇ ਉਹਨਾਂ ਵਿੱਚ ਔਕਾਤ ਵਿੱਚ ਆਪਣੀ ਕਮਾਈ ਨਾਲ ਕੋਈ ਸ਼ਖਸੀਅਤ ਨਹੀਂ ਬਣੀ ਉਹਨਾਂ ਵਿੱਚ ਬਹੁਤੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਗੁਰੂ ਦੀ ਬਖਸ਼ਿਸ਼ ਨਾਲ ਬਣੀਆਂ ਨੇ ਗੁਰੂ ਦੇ ਬਚਨਾਂ ਨਾਲ ਬਣੀਆਂ ਨੇ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਵੀ ਕਿਸੇ ਮੌਜ ਵਿੱਚ ਆ ਕੇ ਕਿਸੇ ਆਨੰਦ ਵਿੱਚ ਆ ਕੇ ਵੀ ਉਹ ਦੀਵਕ ਬਣੇਗਾ ਤੂੰ ਪ੍ਰਕਾਸ਼ ਦਏਗਾ ਲੋਕਾਂ ਨੂੰ ਤੂੰ ਹੋਰ ਦੀਵੇ ਜਲਾਏ ਉਹ ਸ਼ਖਸੀਅਤ ਬਣੀ ਉਹਦੇ ਤੋਂ ਬਾਅਦ ਬਾਬਾ ਦੀਪ ਸਿੰਘ ਦੀ ਪੜ੍ਹਾਈ ਦੇ ਵਿੱਚ ਬਹੁਤ ਜ਼ਿਆਦਾ ਕਲਾ ਦੀ ਨਿਪੁੰਨਤਾ ਸੀ ਵਿਦਿਆ ਉਹਨਾਂ ਦੇ ਲਈ ਤੇ ਉਹਨਾਂ ਦੀ ਲਿਖਾਈ ਬੜੀ ਮਹਾਨ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਕਲਮ ਹੈ ਉਹ ਬੜੀ ਮਹਾਨ ਹੈ ਉਹਨਾਂ ਦਾ ਲਿਖਿਆ ਹੋਇਆ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਜਿਹੜੇ ਲੈ ਕੇ ਆਇਆ ਸੀ ਹੁਣ ਤਾਂ ਚਲੋ ਕਿਤੇ ਵੀ ਸਰੂਪ ਹੋਇਆ ਤਾਂ ਆਪਾਂ ਕਹਾਂਗੇ ਵੀ ਪਤਾ ਨੀ ਉਹ ਹੈ ਸੀ ਕਿ ਨਹੀਂ ਇਹਦੇ ਪਹਿਲਾਂ ਸਿੰਘਾਂ ਵਿੱਚ ਆ ਗਏ ਗੱਲ ਇੱਕ ਸਰੂਪ ਦੇ ਵਿੱਚ ਗੁਰੂ ਕਾਲੇ ਦੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕੀਤੇ ਸੀ ਵਾਹਿਗੁਰੂ ਲੈ ਕੇ ਆਏ ਸੀ ਮਹਾਰਾਜ ਸਰੂਪ ਪ੍ਰਕਾਸ਼ ਤੇ ਉਹਦੇ ਬਾਰੇ ਕਹਿੰਦੇ ਸੀ ਕਿ ਬਾਬਾ ਦੀਪ ਸਿੰਘ ਜੀ ਨੇ ਲਿਖਿਆ ਤੇ ਜਦੋਂ ਉਹਦੀ ਲਿਖਾਈ ਦੇਖੀ ਸੀ ਉਹ ਲਿਖਾਈ ਸਾਧ ਸੰਗਤ ਜੀ ਇਸ ਪਾਸੇ ਜਿਵੇਂ ਕੰਪਿਊਟਰ ਦੇ ਨਾਲ ਲਿਖਿਆ ਇੰਨੀ ਸਾਫ਼ ਉਹਨਾਂ ਦੀ ਲਿਖਾਈ ਸੀ ਇੰਨਾ ਸਾਫ਼ ਉਹਨਾਂ ਦਾ ਪਲ ਸੀ ਕਲਾ ਉਹਨਾਂ ਨੇ ਠੰਡਾ ਹੀ ਪਾਇਆ ਸੰਤ ਸਿਪਾਹੀ ਦੀ ਜਿਹੜੀ ਭੂਮਿਕਾ ਸੀ ਉਹਨੂੰ ਸੰਪੂਰਨ ਕੀਤਾ ਬਾਬਾ ਦੀਪ ਸਿੰਘ ਜੀ ਨੇ ਵੀ ਇੱਕੋ ਹੀ ਮਨੁੱਖ ਇੱਕੋ ਵਕਤ ਸੰਤ ਵੀ ਬਣ ਸਕਦਾ ਤੇ ਸਿਪਾਹੀ ਬਣ ਕੇ ਠੰਡਾ ਵੀ ਲਾ ਸਕਦਾ ਦੋਵੇਂ ਕਾਲ ਕਰ ਸਕਦਾ ਸੋਹਣੀ ਲਿਖਾਈ ਦੇਖ ਕੇ ਸੋਹਣੇ ਲੇਖ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਰ ਬੜੇ ਖੁਸ਼ ਹੋਏ ਜਦੋਂ ਸਿੱਖ ਕੋਈ ਵਿਦਿਆ ਦਾ ਕੰਮ ਕਰਦਾ ਠੀਕ ਹੈ ਸਿੱਖੀ ਦੇ ਵਿੱਚ ਇਸ ਫਰਕ ਦੇ ਪ੍ਰਚਾਰ ਦੀ ਲੋੜ ਹੈ ਕਿ ਸਿੱਖੀ ਇੱਕ ਸ਼ਸਤਰ ਵਿਦਿਆ ਦੇ ਵਿੱਚ ਬੜਾ ਵਿਸ਼ਵਾਸ ਕਰਦੀ ਭਾਵੇਂ ਕੋਈ ਕਹਿ ਲਓ ਭਾਵੇਂ ਕਿੰਨਾ ਕਹਿ ਲਓ ਵੀ ਕਰਨ ਦੀ ਸਿੱਖ ਗੱਲ ਨਹੀਂ ਕਰਦੇ ਪੜ੍ਹਾਈ ਦੀ ਗੱਲ ਨਹੀਂ ਕਰਦੇ ਗੱਲ ਕਰਨੀ ਚਾਹੀਦੀ ਹੈ ਕੋਈ ਹੱਦ ਨਹੀਂ ਪੜ੍ਹਾਈ ਚਾਹੀਦੀ ਸਾਡੀ ਜ਼ਰੂਰੀ ਵਿਦਿਆ ਚਾਹੀਦਾ ਗੁਰੂ ਗੋਬਿੰਦ ਸਿੰਘ ਵਿਦਿਆ ਨੂੰ ਪ੍ਰਚਾਰ ਨੂੰ ਬਹੁਤ ਪਸੰਦ ਕਰਦੇ ਜਿਹੜਾ ਸਿੱਖ ਸਿੱਖੀ ਵਧਾਉਣ ਵਾਸਤੇ ਔਰ ਗੁਰੂ ਸਾਹਿਬ ਦਾ ਹੁਕਮ ਹੀ ਹੈ ਸਿੱਖ ਹੋਰ ਜਿਹੜਾ ਸਿੱਖੀ ਅੱਗੇ ਹੋਰ ਵਧਾਵੇ ਇਹ ਸਾਡੀ ਅੰਮ੍ਰਿਤ ਧਾਰ ਕੇ ਸਾਡੇ ਉੱਤੇ ਆਈ ਹੈ ਇਹ ਨਹੀਂ ਕਿ ਇਕੱਲੇ ਦਿਨ ਅੰਮ੍ਰਿਤ ਨਹੀਂ ਛੱਡਿਆ ਉਹਨਾਂ ਨੂੰ ਆਪਾਂ ਬੁਰਾ ਭਲਾ ਕਹੀ ਹੈ ਜਿਹਨਾਂ ਨੇ ਅੰਮ੍ਰਿਤ ਨਹੀਂ ਛੱਡਿਆ ਜਿਹਨਾਂ ਨੇ ਅੰਮ੍ਰਿਤ ਛੱਡਿਆ ਉਹਨਾਂ ਵਾਸਤੇ ਮੈਂ ਗੁਰੂ ਦਾ ਹੁਕਮ ਹੈ ਵੀ ਤੂੰ ਆਪਣੇ ਜੀਵਨ ਵਿੱਚ ਪੰਜ ਹੋਰ ਸਿੰਘ ਤਿਆਰ ਕਰ ਰਿਹਾ ਅੰਮ੍ਰਿਤ ਧਾਰ ਜਿਵੇਂ ਵੀ ਉਹਨਾਂ ਨੂੰ ਪ੍ਰੇਰ ਕੇ ਕਰ ਕੋਈ ਤਰੀਕਾ ਵਰਤ ਤਾਂ ਉਹ ਜਦੋਂ ਸਾਧ ਸੰਗਤ ਦੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਲਿਖਾਈ ਹੈ ਉਹ ਸੁੰਦਰ ਦੇਖ ਕੇ ਗੁਰੂ ਸਾਹਿਬ ਦੀ ਘਾਲਣਾ ਵੇਖ ਕੇ ਉਹਨਾਂ ਦਾ ਹੱਥ ਵੇਖ ਕੇ ਸਤਿਗੁਰਾਂ ਨੂੰ ਹੋਰ ਖੁਸ਼ੀ ਹੋਈ ਤੇ ਮਹਾਰਾਜ ਨੇ ਬੁਲਾਇਆ ਕਹਿੰਦੇ ਦੀਪ ਸਿੰਘ ਜੀ ਤੁਸੀਂ ਹੁਣ ਅੱਜ ਤੋਂ ਬਾਅਦ ਸਾਡੇ ਕੋਲ ਰਹਿਣਾ ਲੱਗਣਾ ਕਲਮ ਤੇ ਕਾਗਜ਼ ਲੈ ਕੇ ਕਿਉਂਕਿ ਮਹਾਰਾਜ ਜਿਹੜੇ ਬਚਨ ਕਰਦੇ ਸੀ ਜਿਹੜੀ ਬਾਣੀ ਉਚਾਰਨ ਕਰਦੇ ਸੀ ਉਹਨੂੰ ਲਿਖਣਾ ਪੈਂਦਾ ਸੀ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦਸਮ ਗ੍ਰੰਥ ਦੇ ਲਿਖਾਰੀ ਜੋ ਕੋਲ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਬਾਬਾ ਦੀਪ ਸਿੰਘ ਜੀ ਜੇ ਉਹਨਾਂ ਨੇ ਜਾਪ ਸਾਹਿਬ ਉਚਾਰਿਆ ਉਹ ਬਾਬਾ ਦੀਪ ਸਿੰਘ ਜੀ ਨੇ ਲਿਖਿਆ ਜੇ ਉਹਨਾਂ ਨੇ ਚੌਕੜੀ ਸਾਹਿਬ ਉਚਾਰੇ ਉਹ ਬਾਬਾ ਦੀਪ ਸਿੰਘ ਜੀ ਨੇ ਲਿਖੇ ਜੇ ਉਹਨਾਂ ਸਵਈਏ ਉਚਾਰੇ ਕਿ ਮਹਾਰਾਜ ਦਸਮ ਪਾਤਸ਼ਾਹ ਦੀ ਪੰਜ ਬਾਣੀਆਂ ਦੇ ਵਿੱਚ ਪਾਣੀ ਹੈ ਪਰ ਅੱਜ ਹੁਣ ਤਾਂ ਜਦੋਂ ਇਹ ਚੀਜ਼ ਤਕਰੀਬਨ ਖਤਮ ਹੋ ਚੁੱਕੀ ਹੈ ਅੱਜ ਕੌਮ ਨੂੰ ਪਤਾ ਲੱਗ ਗਿਆ ਕਿਹੜੇ ਗੁਰੂ ਸਨ ਜਿਹੜੇ ਦਸਮ ਪਾਤਸ਼ਾਹ ਦੀਆਂ ਪੰਜ ਬਾਣੀਆਂ ਦੇ ਵੀ ਗਿਣਤੀ ਕਰਦੇ ਸਨ ਜਾਪ ਸਾਹਿਬ ਦੇ ਵੀ ਗਿਣਤੀ ਕਰਦੇ ਸਨ ਬੁਲਾਓ ਤਾਂ ਉਹਨਾਂ ਕੋਈ ਗੱਲ ਨਹੀਂ ਸੁਣੋ ਉਹਨਾਂ ਪਰ ਉਹਨਾਂ ਤੋਂ ਇੱਕ ਜਵਾਬ ਦਿਓ ਮੰਗੋ ਵੀ ਤੁਹਾਨੂੰ ਕੀਮਤ ਕਿਵੇਂ ਪਈ ਦਸਮ ਪਾਤਸ਼ਾਹ ਦੀ ਬਾਣੀ ਦੇ ਉੱਤੇ ਕਿ
ਜੋਗੇ ਨਹੀਂ ਰਹੇ ਅਸੀਂ ਪਾਰਟੀਆਂ ਵਿੱਚ ਵੱਜ ਰਹੇ ਹਾਂ ਜੇ ਇੱਕ ਪਾਰਟੀ ਨੇ ਆਪ ਪ੍ਰਚਾਰਕ ਸਦਾ ਦੂਜੀ ਨੇ ਆਸੀ
ਅਖੀਰ ਤੱਕ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਤੱਕ ਉਹ ਪ੍ਰੈਸ ਕਾਨਫਰੰਸ ਕਰਦੇ ਰਹੇ ਇੰਟਰਵਿਊ ਦੇ ਗੱਲਬਾਤ ਕਰਦੇ ਪਰ ਗੱਲਬਾਤ ਦਾ ਇਹ ਵੀ ਅੰਤ ਨਹੀਂ ਸੀ ਕਿ ਉਹ ਸ਼ਸਤਰ ਨਾਲ ਪਿਆਰ ਨਹੀਂ ਸੀ ਕਰਦੇ ਸ਼ਸਤਰ ਦਾ ਉਹਨਾਂ ਦਾ ਆਪਣਾ ਸਿੱਖੀ ਦਾ ਸਰੂਪ ਸੀ ਵੀ ਸ਼ਸਤਰ ਜ਼ਰੂਰੀ ਹੈ ਬਿਨਾਂ ਕਿਸ ਸ਼ਸਤਰ ਨਰਕ ਭੇਟ ਜਾਣੋ ਗਏ ਕੰਮ ਤਾਂ ਕਿ ਕਾਹੂ ਲੈ ਸੁਣਾ ਕੇਸਾਂ ਤੋਂ ਬਿਨਾਂ ਦਸਤਾਰ ਤੋਂ ਬਿਨਾਂ ਤੇ ਸ਼ਸਤਰਾਂ ਤੋਂ ਬਿਨਾਂ ਸਿੱਖ ਭੇਡ ਵਰਗਾ ਹੈ ਉਹਦਾ ਕੰਨ ਫੜ ਕੇ ਜਿੱਧਰ ਮਰਜ਼ੀ ਰਹਿ ਕਦੇ ਇਹ ਅਰਥ ਨਹੀਂ ਹੈ ਬਿਨਾਂ ਕੇਸ ਸ਼ਸਤਰਾਂ ਅੰਦਰ ਭੇਡ ਜਾਵੇ ਭੇਡ ਕਿਉਂ ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਜੋ ਸੰਪੂਰਨ ਰੂਪ ਦਿੱਤਾ ਉਹਨੇ ਇੱਕ ਹੱਥ ਦੇ ਦਰਬਾਰ ਇੱਕ ਹੱਥ ਵਿੱਚ ਕਰਨ ਦਿੱਤੀ ਜਦੋਂ ਗੁਰਜਨ ਦਾ ਟਾਈਮ ਆਉਂਦਾ ਹੈ ਤੇ ਉਦੋਂ ਬਾਬਾ ਦੀਪ ਸਿੰਘ 18 ਸੇਵਕ ਕਿੰਨਾ ਪੜ ਕੇ ਲੀਕ ਖਿੱਚਦੇ ਨੇ ਕਿ ਜਿਹਨੇ ਆਉਣਾ ਹੈ ਕਿਹਦਾ ਧਰਮ ਇਸ ਤਰ੍ਹਾਂ ਦਾ ਹੈ ਇਹ ਕੋਈ ਧਰਮ ਲੋਕਾਂ ਨੂੰ ਲਾਲਚ ਦੇ ਕੇ ਨਹੀਂ ਇੱਕ ਐਸਾ ਧਰਮ ਹੈ ਧਰਤੀ ਦੇ ਉੱਤੇ ਜਿਹੜਾ ਲਾਲਚ ਨਹੀਂ ਦਿੰਦਾ ਆਪਣੇ ਧਰਮ ਨੂੰ ਪੂਰਾ ਹੋਣ ਵਾਸਤੇ ਨਹੀਂ ਤਾਂ ਬੜੇ ਧਰਮ ਨੇ ਜਿਹੜੇ ਲਾਲਚ ਦੇ ਰਹੇ ਤੁਸੀਂ ਤੁਹਾਡੇ ਕਮਰਾ ਬਣਾ ਦਿਓ ਤੁਹਾਡੇ ਕੋਠੇ ਬਣਾ ਦਿਓ ਤੁਸੀਂ ਇੱਥੇ ਲੱਖ ਰੁਪਈਆ ਲੈ ਲਓ ਤੁਸੀਂ ਸਾਈ ਬਣ ਜਾਓ ਨਹੀਂ ਇੱਥੇ ਸਾਡਾ ਪਰਸ ਜਿਹੜਾ ਸਾਡਾ ਬਾਬਾ ਹੈ ਉਹ ਪਤਾ ਸੀ ਕੀ ਕਹਿੰਦਾ ਉਹ ਇਹ ਨੀ ਕਹਿੰਦਾ ਤੁਹਾਡੇ ਨਾਲ ਭਜੇ ਉਹ ਲੀਕ ਖਿੱਚ ਦਿੰਦਾ ਖੰਡਾ ਲੈ ਕੇ ਕਹਿੰਦੇ ਅੱਜ ਜਿਹੜੇ ਕਲਗੀਆਂ ਵਾਲੇ ਦੇ ਦੰਦ ਦੇ ਪ੍ਰਵਾਨ ਲੀਕ ਤੋਂ ਬਾਹਰ ਆ ਤੂੰ ਦੇਣਾ ਕੋਈ ਨਹੀਂ ਮੈਂ ਤੁਹਾਨੂੰ ਦੇਣ ਦੀ ਗੱਲ ਨਹੀਂ ਕਰਦਾ ਮੈਂ ਤੁਹਾਨੂੰ ਵਰਤ ਦੀ ਗੱਲ ਕਰਦਾ ਇਹਨੇ ਸਿਰ ਦੇਣਾ ਸਾਰੇ ਅੱਗੇ ਹੁਣ ਅੱਜ ਦੇ ਲੋਕ ਕਹਿੰਦੇ ਸਿੱਖਾਂ ਨੂੰ ਵਰਤ ਦੀਆਂ ਗੱਲਾਂ ਸਿਖਾਉਣਾ ਇਹ ਵਰਤ ਦੀਆਂ ਗੱਲਾਂ ਨਹੀਂ ਇਹ ਸਿੱਖਾਂ ਦੀ ਹੋਂਦ ਦੀਆਂ ਗੱਲਾਂ ਕਿ ਕੌਮ ਦੀ ਹੋਂਦ ਹੀ ਉਹਦੀ ਤਰੱਕੀ ਰਹਿੰਦੀ ਹੈ ਜਿਹੜੀ ਮੌਤ ਤੋਂ ਖਿੱਚ ਜਾਂਦੀ ਹੈ ਨਹੀਂ ਤੋਂ ਕਮਜ਼ੋਰ ਰਹਿ ਕੇ ਉੱਠਦਾ ਜਿਹੜਾ ਮੌਤ ਤੋਂ ਡਰਦਾ ਜਿਹੜਾ ਵਿਪਰੀਤ ਸਥਿਤੀਆਂ ਤੋਂ ਡਰਦਾ ਉਹ ਆਪ ਵੀ ਮਰੇਗਾ ਉਹ ਕੌਮ ਨੂੰ ਵੀ ਮਰਵਾਏਗਾ ਡਰੇ ਡਰੇ ਕੌਮ ਨੂੰ ਵੀ ਡਰੇ ਬੁੱਧ ਨਹੀਂ ਪੈਦਾ ਕਰੇਗਾ ਵਾਇਰਤਾ ਪੈਦਾ ਕਰ ਪੈਦਾ ਠੀਕ ਆ ਸਿਰਫ ਕਿਉਂਕਿ ਕਿਉਂ ਦੀ ਗੱਲ ਕਰਦਾ ਚੰਗੇ ਜੀਵਨ ਦੀ ਗੱਲ ਕਰਦਾ ਕਿ ਕਿਸੇ ਨੂੰ ਦਰਦ ਕਰਾਓ ਨਾ ਕਿਸੇ ਨੂੰ ਡਰੋ ਨਾ ਪੈ ਕੌਣ ਕੋ ਦੇਖਦਾ ਹੈ ਲੈ ਪੈ ਮੰਨ ਕੇ ਆਉਣ ਕਹੋ ਨਾਲ ਸੁਣ ਰਹੇ ਬਣਾ ਗਿਆਨੀ ਤਾਹਿਰ ਖਾਨ ਇਸ ਕਰਕੇ ਦੋਵੇਂ ਚੀਜ਼ਾਂ ਸਿੱਖੀ ਵਿੱਚ ਸ਼ੁਰੂ ਹੋ ਰਹੀਆਂ ਨੇ ਤੇ ਅੱਜ ਵੀ ਤੇ ਰਹਿਣਗੀਆਂ ਵੀ ਸ਼ਸਤਰ ਵੀ ਤੇ ਵਿਚਾਰ ਜਿਹੜੇ ਪ੍ਰਚਾਰ ਵਿੱਚ ਇੱਕ ਪੰਗ ਲਿਆ ਜਾਂਦਾ ਹੈ ਉਹ ਪ੍ਰਚਾਰ ਸਿੱਖੀ ਦਾ ਨਹੀਂ ਹੈ ਉਹ ਪ੍ਰਚਾਰ ਗਾਂਧੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਅੱਜ ਸ਼ਸਤਰ ਦਾ ਟਾਈਮ ਨਹੀਂ ਰਹਿ ਗਿਆ ਅੱਜ ਤੁਸੀਂ ਲੁਕ ਕੇ ਨਹੀਂ ਹੋ ਤੁਸੀਂ 2% ਹੋ ਤੁਸੀਂ ਬਾਹਰ ਨਾ ਨਿਕਲੋ ਤੁਸੀਂ ਆਪਣਾ ਚੁੱਪ ਕਰਕੇ ਟਾਈਮ ਕੱਢੋ ਇਵੇਂ ਦੇ ਕਾਇਰ ਹੋਏ ਆਪ ਵੀ ਮਰੇ ਹੋਏ ਨੇ ਤੇ ਕੌਮ ਨੂੰ ਹੁੰਦਾ ਕਰਦਾ ਜਿਹੜੀ ਅਸਲੀਅਤ ਹੁੰਦੀ ਹੈ ਉਹ ਤਾਂ ਹੁੰਦੀ ਹੈ 2% ਹੈ ਜੋ ਅਸਲੀਅਤ ਹੁੰਦੀ ਹੈ ਜਿਹੜੀ ਚੀਜ਼ ਧਰਤੀ ਤੇ ਜ਼ਿਆਦਾ ਹੁੰਦੀ ਹੈ ਉਹਦੀ ਕੋਈ ਕੀਮਤ ਨਹੀਂ ਹੁੰਦੀ ਕਈ ਵਾਰ ਸਿੱਖ ਕਹਿੰਦੇ ਵੀ ਆਪਣੀ ਕੌਮ ਸੋਚੀ ਬੜੀ ਘੱਟ ਬੜਾ ਇਸ ਘੱਟ ਦੇ ਹੋਣ ਪਿੱਛੇ ਤੇ ਤੁਹਾਡੀ ਕੀਮਤ ਹੈ ਦੁਨੀਆਂ ਦੇ ਵਿੱਚ ਅੱਜ ਅੰਗਰੇਜ਼ ਵੀ ਮੰਨਦਾ ਹੈ ਇੰਗਲੈਂਡ ਨੂੰ ਪੰਜਾਬੀ ਸਿੱਖਾਂ ਨੇ ਲੈ ਕੇ ਦਿੱਤਾ ਸਿੱਖ ਫੌਜ ਨੇ ਲੈ ਕੇ ਦਿੱਤੀ ਦੁਨੀਆ ਦੀ ਜਿਹੜੀ ਦੂਜੀ ਜੰਗ ਹੋਈ ਉਹਦੇ ਵਿੱਚ ਸਿੱਖ ਲੜੇ ਉਹਨਾਂ ਨੇ ਲੋਕ ਦਾ ਜਿਹੜਾ ਦੂਜਾ ਪੱਖ ਸਿੱਖ ਨੂੰ ਹਰਾਇਆ ਸੀ ਤੇ ਅੰਗਰੇਜ਼ ਨੂੰ ਪੰਜਾਬੀ ਲੈ ਕੇ ਦਿੱਤੇ ਅੱਜ ਤੱਕ ਮੰਨਦਾ ਨਹੀਂ ਅੰਗਰੇਜ਼ ਹੋਰ ਤੇ ਨਹੀਂ ਮੰਨਦੇ ਕਿਸੇ ਨੇ ਜਿਹੜੇ ਬਾਕੀ ਦੇ 90% ਲੋਕ ਨੇ ਅੱਜ ਭਾਰਤ ਦੇ ਵਿੱਚ ਉਹਦਾ ਮੁੱਖ ਨਹੀਂ ਮੰਨਦੇ ਵੀ ਇਹਨਾਂ ਸਭ ਜਾਂਦੇ ਰਹੇ 2% ਵਾਲਾ ਵੀ ਲੈ ਕੇ ਦਿੱਤਾ ਕੁਆਲਿਟੀ ਦੀ ਗੱਲ ਹੁੰਦੀ ਹੈ ਗਿਣਤੀ ਦੀ ਗੱਲ ਨਹੀਂ ਹੁੰਦੀ ਕੋਈ ਕਰੋੜਾਂ ਲੱਖਾਂ ਅਰਬਾਂ ਬੰਦੇ ਨਹੀਂ ਹੁੰਦੇ ਜਿਹੜੇ ਕ੍ਰਾਂਤੀਆਂ ਲੈਂਦੇ ਉਂਗਲਾਂ ਦੇ ਗਿਣੇ ਜਾਣ ਵਾਲੇ ਜਿੰਨੀ ਚੀਜ਼ ਘੱਟ ਹੋਵੇਗੀ ਉਨੀ ਉਹਦੀ ਕੀਮਤ ਵੱਧ ਜਾਏਗੀ ਉਨੀ ਉਹਦੀ ਕੁਆਲਿਟੀ ਵੱਧ ਜਾਏਗੀ ਜੋ ਜ਼ਿਆਦਾ
ਲਾ ਕੇ ਰਿਣ ਕਰੋ ਤੇ ਫਿਰ ਉਹ 500-200 ਕਿਲੋ ਥੋੜੀ ਜਾਏਗਾ, ਫਿਰ ਤਾਂ ਥੋੜੇ ਜਿਹੇ ਤੀਰ ਵੀ ਜਾ ਜਾਣਾ, ਥੋੜੇ ਜਿਹੇ ਡੱਬੇ ਵੀ ਜਾ ਜਾਣਾ। ਖਾਲਸਾ ਕੀ ਹੈ? ਮਨੁੱਖਤਾ ਦਾ ਤੱਤ ਹੈ। ਜੇ ਅਸੀਂ ਖਾਲਸੇ ਬਣ ਜਾਈਏ ਤੇ ਜੇ ਅਸੀਂ ਵੀ ਉਹ ਖੋਤੇ ਤੇ ਖੱਲ ਵਾਲੀ ਗੱਲ ਬਣੀ ਹੋਈ ਹੈ, ਜਿਵੇਂ ਖੋਤੇ ਤੇ ਖੱਲ ਪਾ ਦਿੱਤੀ ਸੀ ਮਹਾਰਾਜ ਪਾਤਸ਼ਾਹ ਨੇ, ਤੇ ਲੋਕੀ ਡਰ ਗਿਆ ਕਿ ਸ਼ੇਰ ਆ ਗਿਆ, ਸ਼ੇਰ ਦੀ ਖੱਲ ਪਈ ਸੀ, ਸ਼ੇਰ ਲੱਗ ਗਿਆ ਸਰ। ਜਿੰਨਾ ਚਿਰ ਤੇ ਬੋਲਿਆ ਨਾ ਗਿਆ ਉਹਨਾਂ ਚਿਰ ਤੇ ਲੋਕ ਡਰਦੇ ਰਹੇ ਕਿ ਸ਼ੇਰ ਅੱਜ ਵੱਜ ਕੇ ਰਿਹਾ ਜੇ, ਤੇ ਜਦੋਂ ਉਹਦੀ ਆਪਣੀ ਆਦਤ ਪੈਦਾ ਹੋਈ ਤੇ ਉਹਨੇ ਆਪਣੀ ਗੱਡੀ ਬਾਹਰ ਤੇ ਉਹ ਕਹਿੰਦੇ ਤੁਰਦਾ ਦੋ ਲਿਆ ਕੇ ਡਾਂਗਾ ਉਹਨਾਂ ਨੇ ਚੰਗਾ ਫੜਾ ਚੜਿਆ ਹੋਇਆ। ਤੇ ਜੇ ਅਸੀਂ ਗੱਲ ਪਾਈ ਤੇ ਗੱਲ ਬਹੁਤਾ ਦੇ ਨਹੀਂ ਜਾਂਦੇ। ਇਸ ਕਰਕੇ ਗੁਰੂ ਸਾਹਿਬ ਨੇ ਜੋ ਕੁਆਲਿਟੀ ਦੀ ਗੱਲ ਕੀਤੀ ਹੈ ਉਹਨਾਂ ਨੇ ਆਪ ਇਹਦੇ ਉੱਤੇ ਸੰਘਰਸ਼ ਲੜਿਆ ਕਰਦੇ ਦਾ ਪਾਤਸ਼ਾਹ। ਜਿਹੜੇ ਸਥਾਨ ਤੇ ਤੁਸੀਂ ਬੈਠੇ ਹੋ ਜਿੱਥੇ ਅੱਜ ਇਹ ਸਥਾਨ ਹੈ ਗੁਰਦੁਆਰੇ ਦਾ ਨਾਮ ਹੈ ਸ਼ਾਹਦਾ ਸਾਹਿਬ, ਜਦੋਂ ਮੈਂ ਇਹ ਨਹੀਂ ਕਹਿੰਦਾ ਕਿ ਹੁਣ ਤੁਸੀਂ ਨਾਮ ਬਦਲ ਹੋਇਆ, ਪਰ ਗੁਰੂ ਚੱਲੇ ਨਹੀਂ ਸੀ ਹੋਣਾ, ਗੁਰੂ ਗੁਰਸ਼ਤਰਾਂ ਕਰਦਾ ਸੀ, ਗੁਰਸ਼ਤਰਾਂ ਸ਼ਾਹਦਾ ਮਿਲਦਾ। ਗੁਰਸ਼ਤਰਾਂ ਜਿਹੜਾ ਹੈ ਉਹ ਤੀਰ ਚਲਾਉਣ ਵਾਸਤੇ ਅੰਗੂਠੇ ਤੇ ਪਾਇਆ ਜਾਂਦਾ, ਖੱਬੇ ਹੱਥ ਦੇ ਅੰਗੂਠੇ ਤੇ, ਕਿ ਜਦੋਂ ਤੀਰ ਚੱਲਦਾ ਉਹ ਇੰਨੀ ਸਪੀਡ ਨਾਲ, ਕਿਉਂਕਿ ਗੁਰੂ ਸਾਹਿਬ ਜੀ ਕਲਗੀਧਰ ਪਾਤਸ਼ਾਹ 9 ਟੰਕੀ ਦਾ ਤੀਰ ਚਲਾਉਂਦੇ ਸੀ, 9 ਟੰਕੀ ਦਾ, 1 ਟੰਕ 25-25 ਕਿਲੋ ਦਾ ਹੁੰਦਾ ਤੇ 9 ਟੰਕੀ ਦਾ ਹੁੰਦਾ ਹੈ ਸਾਹਿਬ ਜੀ 225 ਕਿਲੋ ਦਾ ਹੁੰਦਾ, ਯਾਨੀ ਕਿ ਉਹਦੀ ਤੰਦ ਖਿੱਚਣ ਤੇ ਇੰਨਾ ਜ਼ੋਰ ਲੱਗਦਾ ਸੀ ਜਿੰਨਾ 225 ਕਿਲੋ ਭਾਰ ਨੂੰ ਚੁੱਕਣ ਤੇ ਜ਼ੋਰ ਲੱਗਦਾ। 225 ਕਿਲੋ 5 ਮਣ ਤੇ 25 ਕਿਲੋ ਇੰਨਾ ਕਿਲੋ ਜਿੱਦਾਂ ਚੜਾਉਂਦੇ ਨੇ ਇੰਨਾ ਜ਼ੋਰ ਲੱਗਦਾ ਸੀ, ਜਿਹੜੀ ਕਮਾਨ ਗੁਰੂ ਗੋਬਿੰਦ ਸਿੰਘ ਕੋਲ ਸੀ। ਇੱਕ ਬਾਂਹ ਦੇ ਵਿੱਚ ਕਿੰਨੀ ਤਾਕਤ ਹੋ ਗਈ, ਇੱਕ ਬਾਂਹ ਨਾਲ ਤੁਸੀਂ 25 ਕਿਲੋ ਝੁੱਟੇ ਵਿੱਚ ਇਹਦੇ ਨੂੰ ਕਹਿ ਦਿੰਦੇ ਹੈਗੇ, ਤੇ ਉਹ 9-25 ਕਿਲੋ ਹੁੰਦੇ ਸਨ, 9 ਟੰਕੀ ਦਾ ਫਿਰ ਉਹਦਾ ਜਿੱਦਾਂ ਚਲਾਉਂਦੇ ਸੀ ਤੇ ਜਦੋਂ ਬਾਹਰ ਚਲਾਉਂਦੇ ਸੀ ਤੇ 7-7 ਸਵਾਰਾਂ 7-7 ਬੰਦਿਆਂ ਦੇ ਵਿੱਚੋਂ ਤੀਰ ਪਾਰ ਹੋ ਜਾਂਦਾ ਸੀ, 7 ਬੰਦਿਆਂ ਦੀ। ਅੱਜ ਦੀ ਰਾਈਫਲ ਦੀ ਗੋਲੀ ਇੱਕ ਬੰਦੇ ਵਿੱਚੋਂ ਕੱਢੋ ਦੂਜੇ ਵਿੱਚ ਜਾਂਦੇ ਉਹਦੇ ਵਿੱਚ ਫਸ ਜਾਂਦੇ, ਅਗਲੇ ਬੰਦੇ ਦਾ ਕਹਿੰਦੇ ਨਾ। ਇਸ ਕਰਕੇ ਇਹ ਗੱਲਾਂ ਕਹਿਣੀਆਂ ਵੀ ਸ਼ਸਤਰ ਬੜੇ ਨੇ ਜਾਂ ਫਲਾਣਾ ਬੜਾ ਜੀ ਸੁਰੱਖਿਆ ਬੜੀ ਜਾਂ ਇਹ ਤਾਂ ਕਿ ਕਹਿਣ ਦੀਆਂ ਗੱਲਾਂ ਨੇ, ਕੋਈ ਬੜੇ ਨੇ ਤੇ ਸੁਰੱਖਿਆ ਵਾਲੇ ਕੋਲ ਜਾਵੇ ਕੀ ਗੱਲ। ਗੁਰੂ ਨੇ ਜਿਹੜੀ ਤੁਹਾਡੇ ਵਿੱਚ ਪਾਵਰ ਭਰ ਦਿੱਤੀ ਹੈ ਨਾ, ਹਾਂ ਇਹਦਾ ਅਰਥ ਇਹ ਨਹੀਂ ਕਿ ਅਸੀਂ ਸ਼ਸਤਰ ਕੱਟੀ ਫਿਰਦੇ ਹਾਂ ਜਾਂ ਅਸੀਂ ਲੋਕਾਂ ਨੂੰ ਮਾਰ ਕੋਈ ਨਾ। ਖਾਲਸੇ ਦਾ ਜਿਹੜਾ ਸਿਧਾਂਤ ਹੈ ਉਹਦੇ ਇਹ ਹੈ ਕਿ ਆਪ ਆਪਣੇ ਅਧਿਕਾਰ ਨੂੰ ਕੋਲ ਰੱਖਣਾ ਤੇ ਲੋਕਾਂ ਦੇ ਅਧਿਕਾਰ ਹੋਣੇ ਨਹੀਂ ਆਪਣੇ ਅਧਿਕਾਰ ਖੁਆਉਣੇ ਦੇਣੇ, ਇਹ ਸਾਡਾ ਸਿਧਾਂਤ। ਮੰਗ ਸ਼ਬਦ ਸਾਡੇ ਨਾਲ ਜੁੜ ਗਿਆ ਇਹ ਸਾਨੂੰ ਪਤਾ ਨਹੀਂ ਲੱਗਾ, ਮੰਗ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈ, ਇਹ ਸਾਡੇ ਲੀਡਰਾਂ ਨੇ ਲਿਖ ਲਏ ਕਿ ਬਾਲਕਾ ਖਾ ਸਿੱਖਾਂ ਦੀਆਂ ਮੰਗਾਂ ਮੰਨੋ, ਸਿੱਖਾਂ ਦੀਆਂ ਮੰਗਾਂ ਮੰਨੋ, ਮੰਗਾਂ ਕਹਿੰਦੀਆਂ ਮੰਗਦਾ ਤਾਂ ਹੈ ਕਿਸੇ ਨੇ, ਮੰਗਦਾ ਤੇ ਉਹ ਹੁੰਦਾ ਜਿਹੜਾ ਦੂਜੇ ਦੀ ਚੀਜ਼ ਹੁੰਦੀ, ਜਿਹੜਾ ਆਪਣੀ ਚੀਜ਼ ਬਾਰੇ ਕਹੇ ਵੀ ਮੇਰੀ ਚੀਜ਼ ਹੈ ਤੈਨੂੰ ਛੱਡ ਕੇ ਬਸ ਉਹ ਮੰਗਦਾ ਕਿਉਂ ਹੋਇਆ। ਮੰਗ ਸ਼ਬਦ ਕਹਿਣਾ ਆਪਣੀ ਜ਼ਮੀਰ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ, ਸਿੱਖ ਕੋਈ ਮੰਗ ਨਹੀਂ ਕਰਦਾ, ਮੰਗ ਉਹ ਕਰਦੇ ਨੇ ਤੂੰ ਕਿਸੇ ਦਾ ਮਾਰਿਆ ਸ਼ਿਕਾਰ ਖਾਣ ਦੇ ਆਦੀ ਹੁੰਦਾ, ਸਿੱਖਾਂ ਨੂੰ ਆਪ ਸ਼ਿਕਾਰ ਕਰਨ ਦੇ ਆਉਂਦਾ, ਮੰਗਾ ਉਹ ਕਰਦੇ। ਇਸ ਕਰਕੇ ਪਰ ਸਾਡੇ ਜਿਹੜੇ ਲੀਡਰਾਂ ਸਰਕਲ ਉਹਨਾਂ ਨੇ ਸਾਡੀ ਮਾਨਸਿਕਤਾ ਨੂੰ ਲੋਕ ਮਾਰੀ, ਦਿੱਲੀ ਦੇ ਵਿੱਚ ਬੋਲਚਾਲ ਲੱਗਾ ਜਾਂ ਹੋਰ ਕਿਤੇ ਬੋਲਦੇ, ਸਾਡੀਆਂ ਆਹ ਮੰਗਾਂ ਨੇ, ਸਾਡੀਆਂ ਮੰਗਾਂ ਨੇ ਤੁਸੀਂ ਭਿਖਾਰੀ ਭਿਖਾਰੀ, ਫਸਲ ਸਾਡੀ ਹੈ ਮੰਗਾਂ ਸੀ ਉਦੋਂ ਮੈਨੂੰ ਕੀ ਉਹਨਾਂ ਪੰਜਾਬ ਦਾ ਸਾਡੀ ਮੰਗ, ਸਾਡੀ ਧਰਤੀ ਹੈ ਸਾਡਾ ਪੰਜਾਬ ਹੈ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜੋ ਕੁਝ ਸਾਡੇ ਕੋਲ ਹੈ ਉਹ ਸਾਡੇ ਕੋਲ ਰਹਿਣ ਦਿੰਦੇ, ਜੇ ਤੁਹਾਡੇ ਕੋਲ ਨਹੀਂ ਤੁਸੀਂ ਵੈਸੇ ਅਸੀਂ ਆਪਣੀ ਨੌਲੇਜ ਨਾਲ ਤੁਹਾਨੂੰ ਵੈਸੇ ਵੰਡਣ ਆਵਾਂਗੇ,
ਜੇ ਤੁਹਾਡੀ ਰੋਟੀ ਨਾਲ ਘਰ ਵਾਸਤੇ ਮਿਲੇਗੀ ਤੇ ਅਸੀਂ ਸ੍ਰੀ ਲੰਕਾ ਤੱਕ ਵੀ ਜਾ ਸਕਦੇ ਹਾਂ। ਪਰ ਇਹ ਅਸੀਂ ਆਪਣੀ ਕੌਮ ਨੂੰ ਇਸ ਤਰ੍ਹਾਂ ਮੰਗਾਂ ਜੇ ਅਸੀਂ ਮੰਗ ਕਰਦੇ ਹਾਂ, ਅਸੀਂ ਆਪ ਕਰਦੇ ਹਾਂ, ਮੰਗ ਦਾ ਸੰਬੰਧ ਕੀ ਸਿੱਖ ਤੇ ਹੋਵੇ, ਸਿੱਖ ਤੇ ਹੱਕ ਦੇ ਹੱਕ ਦੇ। ਸੋ ਕਲਗੀਧਰ ਪਾਤਸ਼ਾਹ ਨੇ ਇੰਨੀ ਪਾਵਰ ਜਿਹੜੀ ਸੀ ਤੇ ਉਨੀ ਸ਼ਕਤੀ, ਆਪਾਂ ਸੋਚ ਰਹੇ ਹਾਂ ਕਿ 9 ਟੱਕੀ ਦਾ ਤੀਰ ਗੁਰੂ ਸਾਹਿਬ ਚਲਾਉਂਦੇ ਸੀ, ਅਸੀਂ ਨਹੀਂ ਚਲਾ ਸਕਦੇ। ਕਲਗੀਆਂ ਵਾਲੇ ਨੇ ਕਿਹਾ ਹੈ ਕਿ ਜਦ ਤੱਕ ਖਾਲਸਾ ਰਹੇ ਪਿਆਰਾ ਤਦ ਤੱਕ ਤੇਜ ਨਹੀਂ ਆਉਣਾ ਹੈ, ਸਾਰਾ ਕਹਿੰਦਾ ਮੈਂ ਤੈਨੂੰ ਇਹ ਵੀ ਤਾਕਤ ਦੇ ਦਿਆਂ ਔਰ ਦਿੰਦਾ ਗੁਰੂ ਤੱਕ। ਗੁਰੂ ਦੀ ਸ਼ਕਤੀ ਨੂੰ, ਗੁਰੂ ਦੀ ਤਾਕਤ ਨੂੰ, ਗੁਰੂ ਦੀ ਪਾਵਰ ਨੂੰ ਮੰਨ ਕੇ ਵੇਖੋ। ਗੁਰੂ ਆਪਣੀ ਸਰੀਰਕ ਸ਼ਕਤੀ ਵੀ ਸਿੱਖ ਨੂੰ ਅੱਜ ਦੇਣ ਵਾਸਤੇ ਤਿਆਰ ਹੈ, ਉਹ ਦਿੱਤੀ ਹੈ ਤੁਹਾਡੇ ਸਾਹਮਣੇ। ਇੱਕ ਇੱਕ ਸਰੀਰ ਨੇ ਏਡੀ ਏਡੀ ਵੱਡੀ ਪਾਵਰ ਦੇ ਗੋਲੀਆਂ ਲਵਾ ਦਿੱਤੀਆਂ, ਉਹ ਕਿਤੋਂ ਸ਼ਕਤੀ ਹੈ? ਕਿਸੇ ਮਨੁੱਖਾਂ ਦੀ ਸ਼ਕਤੀ ਹੋਈ ਸੀ, ਮਨੁੱਖਾਂ ਦੀ ਸ਼ਕਤੀ ਨਹੀਂ। ਇਸ ਕਰਕੇ ਜੋ ਇੱਥੇ ਤੁਹਾਡੇ ਸਦਾ ਸਾਹਿਬ ਹੈ, ਇਹ ਸੁਭਾਵਿਕ ਬਜ਼ੁਰਗਾਂ ਨੇ ਨਾਂ ਰੱਖ ਦਿੱਤਾ। ਗੁਰੂ ਸਾਹਿਬ ਕੋਈ ਸਦਾ ਨਹੀਂ ਸੀ ਪਾਉਂਦੇ, ਗੁਰੂ ਸਾਹਿਬ ਗੁਰਸ਼ਤਰਾਂ ਨੂੰ ਪਾਉਂਦੇ ਸੀ ਬੂਥੇ ਦੇ ਉੱਤੇ, ਤਾਂ ਕਿ ਜਦੋਂ ਪੀਰ ਚੱਲੇ ਤੇ ਗੁਰੂ ਘਰ ਚੱਲਿਆ ਹੋਇਆ। ਔਰ ਉਹ ਗੁਰਸ਼ਤਰਾਂ ਜਿਹੜਾ ਪਿਛਲੇ 80-90 ਘੰਟਿਆਂ ਤੋਂ ਉਹਦੇ ਉੱਤੇ ਤੀਰ ਚੱਲਦੇ ਰਹੇ ਸਨ, ਜਦੋਂ ਤੋਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੇ ਛੱਡਿਆ ਸੀ, ਉਦੋਂ ਤੋਂ ਲੈ ਕੇ ਚਮਕੌਰ ਦੀ ਗਲੀ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਗੁਰੂ ਸਾਹਿਬ ਨੇ ਤੀਰ ਚਲਾਏ ਸਨ। ਤੇ ਉਸ ਭੱਜ ਦੌੜ ਦੇ ਵਿੱਚ, ਉਸ ਖਿੱਚਾ ਪਾਣੀ ਦੇ ਵਿੱਚ ਗੁਰੂ ਸਾਹਿਬ ਦੇ ਅੰਗੂਠੇ ਦੇ ਵਿੱਚ ਉਹ ਜਿਹੜਾ ਸਦਾ ਸੀ ਉਹ ਵਿੱਚ ਖੁੱਭ ਗਿਆ ਸੀ, ਕਿਉਂਕਿ ਅੰਗੂਠੇ ਨੂੰ ਸੋਜ ਆ ਗਈ ਸੀ ਇੰਨੀ ਵਾਰੀ ਤੀਰ ਚਲਾ ਕੇ। ਇੱਥੋਂ ਤੱਕ ਵੀ ਜਦੋਂ ਉਹਨਾਂ ਨੇ ਮਾਛੀ ਵੜ ਵਿੱਚ ਇਸ਼ਨਾਨ ਕੀਤਾ, ਉਹਨਾਂ ਦੇ ਇਸ਼ਾਰੇ ਦਾ ਜਿਹੜਾ ਪਹੁੰਚਾ ਉਹਨੂੰ ਗੁਰੂ ਸਾਹਿਬ ਦੇ ਪੱਟ ਦੇ ਵਿੱਚ ਖੁੱਭ ਚੁੱਕਾ ਸੀ। ਪਰ ਉਸ ਮੈਦਾਨੀ ਜੰਗ ਦੇ ਵਿੱਚ ਗੁਜਰ ਵਾਲੇ ਸੂਰਮੇ ਦੇ ਸਰੀਰ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਸੀ ਪਿਆ, ਉਸੇ ਤਰ੍ਹਾਂ ਤਿਆਰ ਤੋਂ ਤਿਆਰ ਸੀ। ਸੋ ਇਹਦੇ ਉੱਤੇ ਇਹ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਵੈਸੇ ਤੁਹਾਨੂੰ ਗੱਲ ਸੁਣਾਈ ਹੈ ਵੀ ਇਹ ਗੁਰ ਸ਼ਤਰਾਂ ਨੇ ਸਦਾ ਨਹੀਂ ਹੈ, ਤੇ ਉਹਨੂੰ ਪਿੰਡ ਦੇ ਵਿੱਚ ਉਹ ਖੜਾ ਨਾ ਕਰ ਰਿਹਾ ਜੇ ਚੱਲਦਾ ਚੱਲਦਾ ਸਾਹਿਬ ਤੇ ਕੋਈ ਹੱਥ ਨਹੀਂ ਪਾਉਣ ਨੂੰ ਨੁਕਸਾਨ ਕੋਈ ਨਹੀਂ ਹੁੰਦਾ। ਪਰ ਪਤਾ ਹੋਣਾ ਚਾਹੀਦਾ ਵੀ ਛੱਲੇ ਪੁੰਦੀਆਂ ਪਾਉਣੇ ਤੇ ਕੰਨਾਂ ਵਿੱਚ ਮੁੰਦਰਾਂ ਪਾਉਣੀਆਂ ਗੁਰੂ ਨਾਨਕ ਦੇ ਘਰ ਦਾ ਕੰਮ ਨਹੀਂ ਹੈ। ਕੱਲ ਨੂੰ ਕਹੇ ਲੋਕ ਕਿਹੜਾ ਆਸਰਾ ਲੈ ਕੇ ਛੱਲੇ ਪਾਉਣ ਲੱਗ ਪੈਣ, ਸਾਡਾ ਗੁਰੂ ਛੱਲੇ ਪਾਉਂਦਾ। ਇਸ ਲਈ ਇੱਥੇ ਪੱਕੀ ਪਲੇਟ ਬਣਵਾ ਕੇ ਵੀ ਇਹ ਗੁਰ ਛਤਰਾਂ ਹੈ, ਸਰਦਾਰ ਨਹੀਂ ਕਿ ਲਿਖਣਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਵਿੱਚ ਇਹ ਭੁਲੇਖਾ ਨਾ ਕਿਤੇ। ਸੋ ਗੁਰਸ਼ਤਰਾਣ ਜਿਹੜਾ ਨੇ ਉਹ ਹੀ ਸੀ ਜਿਹਦੇ ਉੱਤੇ ਗੁਰੂ ਸਾਹਿਬ ਦੇ ਘੇਰਾ ਲੱਗਾ ਹੋਇਆ ਸੀ। ਹਰ ਇੱਕ ਚੀਜ਼ ਮਹਾਰਾਜ ਦੀ ਅਨੋਖੀ ਹੈ, ਜੇ ਤੀਰਾਂ ਨੂੰ ਸੋਨਾ ਲੱਗਾ ਹੋਇਆ ਤੇ ਗੁਰਸ਼ਤਰਾਣ ਦੇ ਉੱਤੇ ਇੱਕ ਹੀਰਾ ਲੱਗਾ ਸੀ ਜਿਹੜਾ ਰਾਤ ਨੂੰ ਚਮਕਦਾ ਸੀ, ਜੇ ਹਨੇਰੇ ਵਿੱਚ ਹੁੰਦੇ ਸਨ ਤੇ ਉਹਦਾ ਚਾਨਣ ਪੈਂਦਾ ਸੀ। ਕਈ ਵਾਰ ਉਹਦੇ ਚਾਨਣ ਦੇ ਵਿੱਚ ਮਹਾਰਾਜ ਨੇ ਪਾਣੀ ਉਪਾਣੀ ਇਹਨਾਂ ਕੰਮ ਸੀ ਪ੍ਰਕਾਸ਼ ਹੋਣਾ। ਜਦੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਆਰਾਮ ਕਰ ਰਹੇ ਸੀ ਤੇ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਉਧਰ ਨੂੰ ਆਏ ਸੀ, ਆਪਦੇ ਗੁਰੂ ਸਾਹਿਬ ਚਮਕੌਰ ਸਾਹਿਬ ਅੱਗੇ ਪੁਜਾ ਕੇ, ਤਾਂ ਉਹਨਾਂ ਨੂੰ ਵੈਸੇ ਗੁਰੂ ਸਾਹਿਬ ਦਾ ਪਤਾ ਨਹੀਂ ਸੀ ਲੱਗਾ। ਉਸ ਜੰਡ ਦੇ ਥੱਲੇ ਦੁਆਲੇ ਝਾੜੀਆਂ ਸਨ ਤੇ ਝਾੜੀਆਂ ਦੇ ਵਿੱਚੋਂ ਪ੍ਰਕਾਸ਼ ਨਿਕਲਦਾ ਸੀ ਉਸ ਗੁਰੂ ਸਤਰਾਮ ਦੇ ਥੱਲੇ ਦਾ, ਤੇ ਉਹਨਾਂ ਸੋਚਿਆ ਵੀ ਇੱਥੇ ਗੁਰੂ ਸਾਹਿਬ ਪੁੱਜੇ, ਕਿਉਂਕਿ ਪ੍ਰਕਾਸ਼ ਗੁਰੂ ਸਾਹਿਬ ਦੇ ਗੁਰੂ ਨਾਲ ਪਹਿਲਾਂ ਕਈ ਵਾਰ ਵੇਖਿਆ ਸੀ। ਸੋ ਇਹ ਉਹਨਾਂ ਦਾ ਗੁਰੂ ਸ਼ਤਰਾਮ ਸੀ। ਸੋ ਗੁਰੂ ਸਾਹਿਬ ਨੇ ਸਾਨੂੰ ਨਿਰਭੈਤਾ ਦਿੱਤੀ ਹੈ, ਦਇਆ ਦਿੱਤੀ ਹੈ, ਪਾਰੁਕਾ ਦਿੱਤਾ ਹੈ ਔਰ ਗੁਰੂ ਦਾ ਪਿਆਰ ਦਿੱਤਾ ਹੈ। ਸਿਰਫ ਗੁਰੂ ਦੇ ਪਿਆਰ ਵਾਲੀਆਂ ਚੀਜ਼ਾਂ ਨੂੰ ਗੁਰੂ ਘਰਾਂ ਦੇ ਵਿੱਚ ਲਾਗੂ ਕਰਵਾਏ। ਗੁਰਦੁਆਰੇ ਸਿਮਰੀ ਦਾ ਸੋਮਾ ਹੈ, ਇੱਥੇ ਨਾਸਿਕਤਾ ਦਾ ਬੋਲਬਾਲਾ ਨਹੀਂ ਹੋਣਾ ਚਾਹੀਦਾ, ਇੱਥੇ ਅਗਿਆਨ ਦਾ ਬੋਲਬਾਲਾ ਵੀ ਹੋਣਾ ਚਾਹੀਦਾ। ਅਸੀਂ ਨਿਰਭਰ ਹੋ ਕੇ ਕਰੀਏ,
ਕਿਸੇ ਪੱਖ ਵਿੱਚ ਨਾ ਜਾਈਏ, ਆਪਾਂ ਗੁਰੂ ਦੀ ਗੱਲ ਕਰੀਏ ਵੀ ਆ ਇੱਕ ਪੱਖ ਹੈ ਤੇ ਦੂਜਾ ਪੱਖ, ਇਹ ਪੱਖ ਸੰਸਾਰ ਇਹਨਾਂ ਦੇ ਵਿੱਚ ਨਾ ਲੈ ਗਿਆ। ਪਿੰਡਾਂ ਦੀਆਂ ਆਪਸੀ ਖਹਿਬਾਜ਼ੀਆਂ ਸਾਰੇ ਥਾਵਾਂ ਤੇ ਹੁੰਦੀਆਂ ਨੇ, ਉਹਨਾਂ ਖਹਿਬਾਜ਼ੀਆਂ ਨੂੰ ਆਪਾਂ ਗੁਰਦੁਆਰੇ ਦੇ ਪ੍ਰਚਾਰ ਦੇ ਵਿੱਚ ਨਾ ਲਿਆਈਏ ਤੇ ਪ੍ਰਚਾਰ ਸ਼ੁੱਧ ਹੁੰਦੇ ਆ ਵੀ ਆਹ ਮੇਰਾ ਵਿਰੋਧੀ ਹੈ ਨੇ ਇਹਨੂੰ ਬੁਲਾਇਆ ਤੇ ਮੈਂ ਇਹਨੂੰ ਨਹੀਂ ਬੁਲਾਉਂਦੀ। ਉਹ ਗੱਲ ਇਹਨਾਂ ਮਹਿਕਾਂ ਤੋਂ ਹੋਵੇ ਜਿਹੜੀ ਇੱਥੇ ਨਾਸਤਿਕਤਾ ਵਾਲੀ ਗੱਲ ਨਾ ਹੋਵੇ, ਕਾਮੇ ਕੰਮ ਵਾਲੀ ਗੱਲ ਨਾ ਹੋਵੇ। ਕਿਉਂਕਿ ਨੌਜਵਾਨ ਜਿਹੜਾ ਉਮਰ ਹੁੰਦੀ ਹੈ ਉਹ ਇੰਟਰਨੈਟ ਤੋਂ ਪ੍ਰਭਾਵਿਤ ਹੈ ਅੱਜ ਕੱਲ ਸਾਰੇ ਤੋਂ ਜਿਹੜਾ ਨਵੀਂ ਪੀੜ੍ਹੀ ਹੈ, ਇਸ ਲਈ ਆਪਾਂ ਗੁਰੂ ਘਰ ਦੇ ਸੰਤਿਆ ਕਰਦੇ ਹਾਂ ਔਰ ਗੁਰਬਾਣੀ ਪੜ੍ਹਦੀ ਹੈ, ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਖਿਆ ਲੈਣੀ ਹੈ ਤੇ ਇਸ ਆਧਾਰ ਤੇ ਚੱਲਣਾ। ਕਿਉਂਕਿ ਇਹ ਠੀਕ ਹੈ ਅੱਜ ਕਿ ਅੱਜ ਨੈਟ ਪਲੇਟਫਾਰਮ ਬਣ ਗਿਆ, ਇਹਦੇ ਉੱਤੇ ਇੱਕ ਤਰੀਕਾ ਬਣ ਗਿਆ ਇੱਕ ਪ੍ਰਚਾਰ ਦਾ ਸਾਧਨ, ਗਲਤ ਪ੍ਰਚਾਰ ਵੀ ਇਹਨਾਂ ਹੁੰਦਾ ਤੇ ਠੀਕ ਵੀ ਕਰਦੇ ਵੀ ਹੋਣਾ, ਪਰ ਨੈਟ ਦੇ ਉੱਤੇ ਪਏ ਹੋਏ ਕਮੈਂਟਾਂ ਦੇ ਭਰੋਸਾ ਨਾ ਕਰਿਆ ਕਰੋ, ਇਹ ਸਾਰਾ ਕੁਝ ਖਰੀਦ ਫਰੋਖਤ ਦਾ ਹੁੰਦਾ ਹੈ। ਇਹ ਤਾਂ ਸੋਚਿਆ ਕਰੋ ਵੀ ਇਹ ਕਮੈਂਟ ਕਿਸੇ ਇੰਨੇ ਬੰਦਿਆਂ ਨੇ ਕੀਤਾ, ਇੰਨੇ ਬੰਦਿਆਂ ਨੇ ਗਾਲਾਂ ਕੱਢੀਆਂ ਦਵਾ, ਨਹੀਂ ਵੈਸੇ ਜੋ ਜਿਹੜੀਆਂ ਮਰਜ਼ੀ ਗਾਲ ਉਹ ਲੈ ਲਓ ਕਮੈਂਟ ਲੈ ਲਓ, ਕਿਸੇ ਬੰਦੇ ਨੂੰ ਭਰਾ ਦੋ, ਆਮ ਬੰਦੇ ਨੂੰ ਤਾਂ ਪਤਾ ਨਹੀਂ, ਇਹ ਸਾਰਾ ਉਹਦਾ ਹੈ। ਇਸ ਕਰਕੇ ਜ਼ਮੀਨੀ ਪੱਧਰ ਤੇ ਆਓ, ਸੰਗਤ ਦੇ ਵਿੱਚ ਆ ਕੇ ਕੰਮ ਕਰੋ ਤੇ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਬੱਚਿਆਂ ਨੂੰ ਜਿਹੜੇ ਜਿਹੜੇ ਛੋਟੇ ਬੱਚੇ ਨੇ ਦਸਤਾਰ ਬੰਨੀਏ, ਇਹਨਾਂ ਨੂੰ ਦਸਤਾਰ ਜਿਹੜਾ ਇਹ ਸ਼ੌਕ ਪੈਦਾ ਕਰੋ, ਦਸਤਾਰਾਂ ਬੰਨੋ, ਇਹ ਬਾਦਸ਼ਾਹ ਦੀ ਨਿਸ਼ਾਨੀ ਹੈ, ਸੋਹਣੀਆਂ ਦਸਤਾਰਾਂ ਬੰਨਣੀਆਂ, ਸੋਹਣੀਆਂ ਸ੍ਰੀ ਸਾਹਿਬਾਂ ਪਾਉਣੀਆਂ, ਗੱਤਕਾ ਸਿੱਖਣਾ, ਇਹ ਸਾਡੇ ਬਾਦਸ਼ਾਹ ਵਾਲੀ ਨਿਸ਼ਾਨੀ ਹੈ। ਸਾਨੂੰ ਸਹਿਜ ਸੁਭਾਏ ਗੁਰੂ ਸਾਹਿਬ ਦੇ ਇਹ ਇੱਕ ਤੁਹਾਡੇ ਕੋਲ ਬੜੀ ਵੱਡੀ ਸਲਤਨਤ ਹੈ ਜਿਹੜਾ ਗੁਰਦੁਆਰਾ ਜੇ ਸਹੀ ਤਰੀਕੇ ਨਾਲ ਵਰਤਦੇ ਹੋ, ਸਰਕਾਰ ਕਿਸੇ ਦੀ ਵੀ ਹੋਵੇ ਇੱਥੇ ਆ ਕੇ ਸਾਰੇ ਗੁਰਦੁਆਰੇ ਤੁਹਾਡੇ ਕੋਲ, ਭਾਵੇਂ ਕਿਸੇ ਦੀ ਸਰਕਾਰ ਹੋਵੇ, ਕਿਉਂਕਿ ਇੱਥੇ ਤੁਹਾਡੇ ਕੋਲ ਪਾਵਰ ਹੈ। ਗੁਰਦੁਆਰਾ ਦੀ ਸਿੱਖ ਦੀ ਬਹੁਤ ਵੱਡੀ ਪਾਵਰ ਤੇ ਸਲਤਨਤ ਹੈ, ਤਾਕਤ ਹੈ। ਸੋ ਬਾਬਾ ਦੀਪ ਸਿੰਘ ਜੀ ਨੇ ਆਪਾਂ ਵੀ ਯਤਨ ਕਰੀਏ, ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਇਸ ਜੀਵਨ ਦੇ ਵਿੱਚ ਗੁਰਸਿੱਖੀ ਦੀ ਦਾਤ, ਆਪਣੇ ਪਿਆਰ ਦੀ ਦਾਤ ਬਖਸ਼ ਕਰੋ। ਸੋ ਸਮਾਂ ਕਾਫੀ ਹੋ ਗਿਆ, ਕਾਫੀ ਸਮੇਂ ਦੇ ਵਿੱਚ ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ, ਸਥਾਨ ਦੇ ਪ੍ਰਬੰਧਕ ਤੋਂ ਵੀ ਪਿਆਰ ਰਹਿੰਦਾ ਜਿਹਨਾਂ ਨੇ ਪ੍ਰੋਗਰਾਮ ਇਹ ਬਾਬਾ ਜੀ ਦੇ ਸ਼ਰਾਪਾ ਕੀਤਾ ਕੀਤਾ। ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ, ਵਿਚਾਰਾਂ ਕਰਦਾ ਤੋਂ ਬਹੁਤ ਤਰ੍ਹਾਂ ਗੁਰਾਂ ਦੀ ਸੇਵਾ ਕਰਨੀ, ਸਾਰੇ ਉਲੰਘ ਆਵਾਜ਼ ਨੂੰ ਕਰਦੇ ਬੁਲਾਉਂਦੀ ਵਾਹਿਗੁਰੂ ਜੀ ਕਾ ਖਾਲਸਾ। ਸੋਨਿਹਾਰ